ਦੇਸ਼ ਦੁਨੀਆ ਚ ਵਾਸਤੇ ਪੰਜਾਬੀਆਂ ਨੂੰ ਜੀ ਆਇਆਂ ਮੈਂ ਹਰਜਿੰਦਰ ਸਿੰਘ ਰੰਦਾਵਾ ਤੁਸ ਦੇਖ ਰਹੇ ਹੋ ਪੰਜਾਬ ਟੀਵੀਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਸਰਦਾਰ ਹਮਿੰਦਰ ਸਿੰਘ ਜੀ ਸੰਪਾਦਕ ਪੰਜਾਬ ਟੀਵੀਜ਼ਨ ਇਹਨਾਂ ਦੇ ਨਾਲ ਸਰਦਾਰ ਜਗਤਾਰ ਸਿੰਘ ਜੀ ਜਿਹੜੇ ਕਿ ਉੱਗੇ ਹਿਸਟੋਰੀਅਨ ਨੇ ਔਰ ਵੱਡੇ ਜਰਨਲਿਸਟ ਨੇ ਮੈਂ ਜੀ ਆਇਆਂ ਆਖਦਾ ਥੈਂਕ ਯੂ ਸ਼ੁਕਰੀਆ ਜੀ ਪੰਜਾਬ ਦੀਆਂ ਸਿਆਸੀ ਸਫਾਂ ਚ ਕੜਮ ਹਸ ਮੱਚ ਗਿਆ ਰੋਲ ਘਚੋਲਾ ਪੈ ਗਿਆ ਅਕਾਲੀ ਦਲ ਨੇ ਅੱਜ ਤਖਤੂਪੁਰਾ ਚ ਮੋਗਾ ਚ ਇੱਕ ਵੱਡੀ ਕਾਨਫਰੰਸ ਕੀਤੀ ਹੈ ਇਕੱਠ ਫਿਰ ਬਹੁਤ ਪਰਮਾ ਸੀਗਾ ਉਹਨਾਂ ਦੇ ਕਾਡਰ ਨੇ ਇੱਕ ਵਾਰੀ ਫਿਰ ਦਮ ਦਿਖਾਇਆ ਪਰ ਸਵਾਲ ਇਸ ਗੱਲ ਦਾ ਹੈ ਕਿ ਕੀ ਵੋਟ ਜਿੱਥੋਂ ਨਿਕਲਦੀ ਆ ਉਹਨਾਂ ਸਫਾਂ ਦੇ ਵਿੱਚ ਖਾਸ ਤੌਰ ਤੇ ਦਲਿਤ ਵੋਟ ਦਾ ਪੰਜਾਬ ਦੀ ਰਾਜਨੀਤੀ 'ਚ ਕੀ ਰੋਲ ਹੈ ਔਰ ਇਹ ਕਿਵੇਂ ਸਾਰਾ ਮਾਮਲਾ ਮੈਨੇਜ ਹੁੰਦਾ ਇਹ ਦੇਖਣ ਵਾਲੀ ਗੱਲ ਆ ਚੋਣ ਰਣਨੀਤੀਆਂ ਤੇ ਹੁੰਦੇ ਪਰਮੇ ਇਕੱਠਾਂ ਦੇ ਵਿੱਚ ਸਮਾਨਤਾ ਜਾਂ ਇਹਨਾਂ ਦੀ ਵੋਟ ਪੋਲ ਪ੍ਰਤੀਸ਼ਤ ওভারঅল ਇੱਕ ਸਥਿਤੀ ਨੂੰ ਵੀ ਦੇਖਦੇ ਆ ਉਧਰ ਪੰਥਕ ਵੋਟ ਜਿਹਨੂੰ ਅਕਾਲੀ ਦਲ ਸਨ ਲਾਉਣ ਦੀ ਦੁਬਾਰਾ ਕੋਸ਼ਿਸ਼ ਕਰ ਰਿਆ ਉਹਦੇ ਨਾਲ ਜੁੜਿਆ ਇੱਕ ਹੋਰ ਵਰਤਾਰਾ ਕਲਤਖ ਸਾਹਿਬ ਦੇ ਬਿਲਕੁਲ ਐਨ ਨੇੜੇ ਪੁਰਾਣੇ ਪੰਥਕ ਇਕੱਠੇ ਹੁੰਦੇ ਆ ਔਰ ਉਹ ਭਾਈ ਗੁਰਦੇਵ ਸਿੰਘ ਕੌਂਕੇ ਜਿਨ੍ਹਾਂ ਦੀ ਸ਼ਹਾਦਤ ਹੁੰਦੀ ਆ ਉਹਨਾਂ ਦੇ ਮਾਮਲੇ 'ਚ ਇੱਕ ਪ੍ਰੋਗਰਾਮ ਉਲੀਕਦੇ ਆ ਇਸੇ ਦਰਮਿਆਨ ਚ ਲੰਗੇ ਤਨ ਅਸੀਂ ਦੇਖਿਆ ਸੀਗਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇਹ ਸ਼ਿਕਵਾ ਕਰਦੇ ਆ ਕਿ ਸਾਨੂੰ ਗ੍ਰਹਿ ਮੰਤਰਾਲੇ ਨੇ ਟਾਈਮ ਤੱਕ ਨਹੀਂ ਦਿੱਤਾ ਟਾਈਮ ਤੱਕ ਕੀ ਦੇਣਾ ਸੀ ਸਾਡੀ ਕਿਸੇ ਚਿੱਠੀ ਪੱਤਰ ਦਾ ਜਵਾਬ ਵੀ ਨਹੀਂ ਦਿੱਤਾ ਇਹ ਸਾਰੇ ਮਾਮਲਿਆਂ ਨੂੰ ਇਕੱਠੇ ਕਰਕੇ ਜਦੋਂ ਅੱਗੇ ਵਧਾਂਗੇ ਅਕਾਲੀ ਸਫਾ ਦੇ ਵਿੱਚ ਉਤਸ਼ਾਹ ਦੇ ਨਾਲ ਨਾਲ ਇਹਨਾਂ ਮਾਮਲਿਆਂ 'ਚ ਮਜਬੂਸੀਆਂ ਦੋਨਾਂ ਨੂੰ ਐਡਰੈਸ ਕਰਨ ਦਾ ਯਤਨ ਕਰਦੇ ਆ ਉਧਰ ਨੈਸ਼ਨਲ ਪੱਤਰ ਦੇ ਉੱਤੇ ਜਦੋਂ ਕੁਮਾਰੀ ਮਾਇਆਪਤੀ ਬੋਧਨ ਸਮਾਜ ਪਾਰਟੀ ਦੇ ਨਜ਼ਰੀਏ ਤੋਂ ਇਹ ਕਹਿੰਦੀ ਕਿ ਅਸੀਂ ਕਿਸੇ ਨਾਲ ਵੀ ਗੱਠ ਜੋੜ ਨਹੀਂ ਕਰ ਰਹੇ ਔਰ ਖਾਸ ਤੌਰ ਤੇ ਇੰਡੀਆ ਗੱਠ ਜੋੜ ਨਾਲ ਸਬੰਧ ਰੱਖਣ ਸੰਬੰਧੀ ਉਹ ਸੰਭਾਵਨਾਵਾਂ ਖਾਰਜ ਕਰ ਦਿੰਦੇ ਆ ਉਹ ਐਨਡੀਏ ਚ ਜਾਣ ਦੀਆਂ ਸੰਭਾਵਨਾਵਾਂ ਵੀ ਖਾਰਜ ਕਰ ਦਿੰਦੇ ਇਕੱਲਾ ਜਾਣ ਦੀ ਗੱਲ ਕਰ ਦਿੰਦੇ ਤਾਂ ਪੰਜਾਬ ਚ ਰੌਲਾ ਪੈ ਜਾਂਦਾ ਕਿ ਕੀ ਬਸਪਾ ਅਕਾਲੀ ਦਲ ਦਾ ਗੱਠ ਜੋ ਟੁੱਟਿਆ ਸਮਝਿਆ ਜਾਵੇ ਇਸ ਮੌਕੇ ਦੇ ਉੱਤੇ ਸਾਡੀ ਗੱਲ ਬਸਪਾ ਦੇ ਜਿਹੜੇ ਇੰਚਾਰਜ ਬੈਨੀਵਾਲ ਨੇ ਉਹਨਾਂ ਨਾਲ ਹੁੰਦੀ ਆ ਰਣਦੀਰ ਬੈਨੀਵਾਲ ਜਿਹੜੇ ਯੂਪੀ ਦੇ ਲੀਡਰ ਨੇ ਉਹਨਾਂ ਇਹਦੇ ਸਬੰਧੀ ਕੀ ਕਿਹਾ ਔਰ ਇਹਦੇ ਸਬੰਧੀ ਧੂੜ ਛੱਡੀ ਕਿ ਨਹੀਂ ਇਹਦੇ ਉੱਤੇ ਜਾਣਿਆ ਲੇਕਿਨ ਸਮਾਨਾਂਤਰ ਹੋਰ ਖਬਰਾਂ ਕੁਝ ਜਿਨ੍ਹਾਂ ਨੇ ਕਾਫੀ ਅਹਿਮ ਸਥਾਨ ਲਿਆ ਕਿ ਚੰਡੀਗੜ੍ਹ ਪੰਜਾਬ ਦੇ ਇਹ ਨਾਲ ਲੱਗਦਾ ਜਿਹੜਾ ਉੱਥੋਂ ਦਾ ਚੋਣ ਮਿਊਸਪਲ ਕਾਰਪੋਰੇਸ਼ਨ ਦੀ ਕਾਫੀ ਅਹਿਮ ਆ ਔਰ ਇਹ ਕਾਂਗਰਸ ਤੇ ਆਮ ਆਦਮੀ ਪਾਰਟੀ ਜਦੋਂ ਰਲ ਕੇ ਲੜਨ ਗਿਆ ਤਾਂ ਉਰਲੇ ਖਿੱਤੇ ਚ ਪੰਜਾਬ ਦੇ ਖਿੱਤੇ ਚ ਇਹਦਾ ਕੀ ਅਸਰ ਹੋਣ ਵਾਲਾ ਸੀਟ ਵੰਡ ਨੂੰ ਲੈ ਕੇ ਇਹਦੇ ਤੇ ਵੀ ਜਾਣਿਆ ਜਦੋਂ ਪੰਚਾਇਤਾਂ ਭੰਗ ਕੀਤੀਆਂ ਗਏ ਨੇ ਇੱਕ ਵਾਰੀ ਫਿਰ ਤਾਂ ਕੀ ਪੰਚਾਇਤੀ ਚੋਣਾਂ ਨੂੰ ਲੈ ਕੇ ਅਸੀਂ ਲੋਕ ਸਭਾ ਤੋਂ ਪਹਿਲਾਂ ਅੰਦਾਜ਼ੇ ਲਾ ਸਕਦੇ ਕਿ ਜਦੋਂ ਇਸ ਸੰਬੰਧੀ ਲਾਏ ਜਾਣ ਵਾਲੇ ਇੰਚਾਰਜ ਜਾਂ ਜਿਨ੍ਹਾਂ ਨੂੰ ਉੱਥੇ ਜ਼ਿੰਮੇਵਾਰੀ ਦਿੱਤੀ ਜਾਣੀ ਪੰਚਾਇਤ ਭੰਗ ਕਰਨ ਤੋਂ ਬਾਅਦ ਕਿ ਉਹਨਾਂ ਦੀ ਸੋਚੀ ਜਦੋਂ ਚੋਣ ਕਮਿਸ਼ਨ ਮੰਗ ਲੈਂਦਾ ਤਾਂ ਇਹਦੇ ਕੀ ਅਰਥ ਲੈ ਜਾਣ ਸੋ ਲੋਕ ਸਭਾ ਤੋਂ ਪਹਿਲਾਂ ਹੋ ਵੀ ਸਕਣਗੀਆਂ ਕਿ ਨਹੀਂ ਔਰ ਇਸ ਵਾਰੀ ਮਾਮਲਾ ਕੋਰਟ ਤੱਕ ਜਾਊਗਾ ਕਿ ਨਹੀਂ ਕਿਉਂਕਿ ਮਾਮਲਾ ਬੜਾ ਨਜ਼ਦੀਕ ਦਾ ਹੁਣ ਨੇੜੇ ਚੋਣ ਆ ਗਈ ਆ ਤੇ ਆਖਰੀ ਮਾਮਲਾ ਸੁਖਪਾਲ ਸਿੰਘ ਖਹਿਰਾ ਦੇ ਮਾਮਲੇ 'ਚ ਪੰਜਾਬ ਸਰਕਾਰ ਨੂੰ ਪੁਲਿਸ ਨੂੰ ਇੱਕ ਵਾਰੀ ਫਿਰ ਮੁਸ਼ਕਲ ਦਾ ਸਾਹਮਣਾ ਹੈ ਉਹਨਾਂ ਨੂੰ ਜਮਾਨਤ ਦਿੱਤੀ ਹੈ ਇੱਕ ਸਥਾਨਕ ਅਦਾਲਤ ਨੇ ਵੈਸੇ ਉਹਨਾਂ ਦੀ ਇੱਕ ਅਰਜ਼ੀ ਇਸ ਕੇਸ ਨੂੰ ਖਾਰਜ ਕਰਨ ਸੰਬੰਧੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਲੱਗੀ ਹੋਈ ਸੀਗੀ ਇਹ ਮਾਮਲਾ ਸਰਕਾਰ ਲਈ ਕਾਫੀ ਗਲੇ ਦੀ ਹੱਡੀ ਬਣ ਗਿਆ ਆ ਅਖਿਰ ਕਿੰਨੀ ਦੇਰ ਤੁਸੀਂ ਕਿਸੇ ਨੂੰ ਅੰਦਰ ਰੱਖ ਸਕਨੇ ਹੋ ਔਰ ਕਿਹੋ ਜੇ ਕੇਸਾਂ ਚ ਰੱਖ ਜਾ ਸਕਨੇ ਹੋ ਪੋਲਿਟਿਕਲ ਮੰਡਟਾ ਸਿਆਸੀ ਬਦਲਾਖੋਰੀ ਇਹ ਰੌਲੇ ਪੈਂਦੇ ਰਹਿੰਦੇ ਨੇ ਇਹਨਾਂ ਸਾਰੇ ਤਮਾਮ ਮਾਮਲਿਆਂ ਨੂੰ ਅੱਗੇ ਵਧਾਉਣੇ ਆ ਸਭ ਤੋਂ ਪਹਿਲਾਂ ਸਰਦਾਰ ਹਮੇਸ਼ ਸਿੰਘ ਜੀ ਮਾਮਲੇ ਤਾਂ ਐਮ ਨੇ ਜਿਨ੍ਹਾਂ ਨੂੰ ਲਿਆ ਜਾਣਾ ਹੈ ਕਿ ਪੰਚਾਇਤੀ ਚੋਣਾਂ ਹੋਣ ਵਾਲੀਆਂ ਤੁਰੰਤ ਪੰਚਾਇਤਾਂ ਭੰਗ ਕਰਕੇ ਕੀ ਇਸ ਵਾਰੀ ਠੀਕ ਟ੍ਰੈਕ ਤੇ ਆ ਗਵਰਨਮੈਂਟ ਲਿਖਣ ਮੈਂ ਉਸ ਤੋਂ ਪਹਿਲਾਂ ਅਕਾਲੀ ਦਲ ਦੀ ਇੱਕ ਭਰਵੀਂ ਕਾਨਫਰੰਸ ਅਕਸਰ ਜ਼ਿਕਰ ਕੀਤਾ ਜਾਂਦਾ ਹੈ ਕਿ ਸਿਆਲਾਂ ਦੀ ਰੁੱਤ ਵਿੱਚ ਜਦੋਂ ਲੋਈਆਂ ਦੀਆਂ ਬੋਕਲਾ ਮਾਰ ਕੇ ਪਿੰਡੂ ਲੋਕ ਜਦੋਂ ਇੱਕ ਦੂਜੇ ਦੇ ਨਾਲ ਟਰਾਲੀਆਂ 'ਚ ਬੈਠੇ ਹੁੰਦੇ ਆ ਜਾਂ ਜਿਹੜੇ ਕਾਰਾਂ 'ਚ ਬੈਠੇ ਹੁੰਦੇ ਆ ਥੋੜਾ ਬਹੁਤਾ ਨਿੱਗ ਵੀ ਮਿਲ ਜਾਂਦਾ ਹੈ ਕਈ ਤਰ੍ਹਾਂ ਦਾ ਲੇਕਿਨ ਨਾਲ ਦੀ ਨਾਲ ਇਹਦੇ ਸਿਆਸੀ ਅਰਥ ਵੀ ਹੁੰਦੇ ਆ ਕਿ ਕਿਹਦੀ ਜਗ੍ਹਾ ਦੇ ਉੱਤੇ ਕਿੰਨੇ ਲੋਕ ਸ਼ਾਮਲ ਹੋਏ ਕਿਹੜਾ ਕਾਡਰ ਕਿੰਨਾ ਉਤਸ਼ਾਹ 'ਚ ਹੈ ਕਿਹੜਾ ਕਾਡਰ ਵੋਟ ਖਿੱਚ ਕੇ ਲਿਆਉਣ ਦੇ ਕਾਬਿਲ ਆ ਅਕਾਲੀ ਦਲ ਨੂੰ ਇੱਕ ਵਾਰੀ ਫੇਰ ਉਤੋਂ ਥੱਲੇ ਲਗਾਤਾਰ ਤਿੰਨ ਚਾਰ ਦਿਨਾਂ ਦੇ ਵਿੱਚ ਵੱਡੇ ਇਕੱਠ ਦੇਖਣ ਨੂੰ ਮਿਲਿਆ ਅਕਾਲੀ ਸਫਾ ਦੇ ਵਿੱਚ ਉਤਸ਼ਾਹ ਹੈ ਇਹਨੂੰ ਕਿਵੇਂ ਲਿਆ ਜਾਵੇ ਬਿਲਕੁਲ ਮਾਗੀ ਦੇ ਸੰਦਰਭ ਵਿੱਚ ਤਿੰਨ ਕਾਨਫਰੰਸਾਂ ਅਕਾਲੀ ਦਲ ਦੀਆਂ ਹੋਈਆਂ ਨੇ ਅੱਗੇ ਦੋ ਤਾਂ ਨਾਰਮਲੀ ਕਈ ਵਾਰ ਮੁਕਸਰ ਤੇ ਤਖਤੂ ਫਰਾਤਾ ਹੁੰਦੀ ਹੈ ਹੀ ਨਹੀਂ ਪਰ ਇੱਕ ਨਾਲ ਜੋੜ ਕੇ ਜਿਹੜੀ ਇਸਤਰੀ ਅਕਾਲੀ ਦਲ ਦੀ ਪਹਿਲਾਂ ਕੀਤੀ 12 ਤਰੀਕ ਨੂੰ ਉਹਨਾਂ ਨੇ ਤੇ ਫਿਰ ਮੁਕਸਰ ਦੇ ਵਿੱਚ ਦੂਜਾ ਵੱਡਾ ਇਕੱਠ ਕੀਤਾ ਜਿਹੜਾ ਜਨਰਲ ਪਾਰਟੀ ਦਾ ਅਲੱਗ ਕਰਕੇ ਤੇ ਹੁਣ ਤੀਜਾ ਜਿਹੜਾ ਉਹ ਤਖਤੂ ਫਰਾ ਦੇ ਵਿੱਚ ਹੋਈ ਹੈ ਜਿਹੜੀ ਕਾਨਫਰੰਸ ਹੈ ਬਿਨਾਂ ਸ਼ੱਕ ਤੇ ਲੋ ਕਾਨਫਰੰਸਾਂ ਗਾਇਦਰਗ ਦੇ لحاظ ਨਾਲ ਮਤਲਬ ਹਾਜ਼ਰੀ ਦੇ لحاظ ਨਾਲ ਵੱਡੀਆਂ ਭਰਮੀਆਂ ਕਾਨਫਰੰਸਾਂ ਨੇ ਔਰ ਜਿਹਦੇ ਚ ਲਗਾਤਾਰ ਉਹਨਾਂ ਨੇ ਸੱਦਾ ਦਿੱਤਾ ਇੱਕ ਟਾਈਪ ਦਾ ਇਹ ਜੇ ਕਿਹਾ ਜਾਏ ਤਾਂ ਚੋਣ ਕੈਂਪੇਨ ਅਕਾਲੀ ਦਲ ਨੇ ਸ਼ੁਰੂ ਕਰਤੀ ਹੈ ਜੇਕਰ ਇਸ ਨੂੰ ਕਿਹਾ ਜਾਏ ਉਹਦੇ ਚ ਅਜੰਡਾ ਵੀ ਡਿਸਕਸ ਕਰ ਰਹੇ ਨੇ ਉਹਦੇ ਚ ਇਹ ਕਹਿ ਰਹੇ ਨੇ ਪ੍ਰਾਣੀਆਂ ਗਲਤੀਆਂ ਨਾ ਦੁਹਰਾਓ ਤੁਹਾਡੀ ਆਪਣੀ ਪਾਰਟੀ ਹੈ ਇੱਕੋ ਇੱਕ ਖੇਤਰੀ ਪਾਰਟੀ ਹੈ ਇੱਕੋ ਇੱਕ ਪੰਥ ਤੇ ਪੰਜਾਬ ਨਾਲ ਜੁੜੀ ਪਾਰਟੀ ਹੈ ਤੇ ਬਾਕੀ ਸਾਰੀਆਂ ਪਾਰਟੀਆਂ ਨੂੰ ਇੱਕ ਸਾਈਡ ਰੱਖ ਕੇ ਤੇ ਅਕਾਲੀ ਦਲ ਦਾ ਜਿਹੜਾ ਇੱਕ ਮਾਈਨਰੀ ਇਹ ਮਤਲਬ ਸਿਰਜਣ ਦੀ ਇੱਕ ਗੱਲ ਹੈ ਜਾਂ ਇੱਕ ਮਾਈਨਰੀ ਬਣਾਉਣ ਦੀ ਗੱਲ ਹੈ ਲੋਕਾਂ ਦੇ ਵਿੱਚ ਇੱਕ ਨੈਰੇਟਿਵ ਬਣਾਉਣ ਦੀ ਗੱਲ ਹੈ ਉਹ ਧਾਰਾ ਉਧਰ ਨੂੰ ਰੱਖੀ ਹੈ ਤੇ ਨਾਲ ਦੂਜਾ ਸਵਾਲ ਇਹਦੇ ਵਿੱਚ ਇਹ ਵੀ ਹੈ ਕਿ ਅਕਾਲੀ ਦਲ ਨੇ ਪਛੋਕਰ ਚ ਕਿੰਨਾ ਕੰਮ ਕੀਤਾ ਹੈ ਪਛੋਕਰ ਚ ਗਨਿਆਏ ਕੰਮਾਂ ਦੇ ਵਿੱਚ ਜਿਹੜੀ ਮਟੀਰੀਅਲ ਡਵੈਲਪਮੈਂਟ ਹੈ ਬਿਜਲੀ ਤੋਂ ਥਰਮਲ ਰੌਂਡ ਤੋਂ ਲੈ ਕੇ ਸੜਕਾਂ ਤੋਂ ਲੈ ਕੇ ਪੁਲਾਂ ਤੋਂ ਲੈ ਕੇ ਬਾਕੀ ਔਰ ਇਹਦਾ ਸਾਰੇ ਦਾ ਸਾਰਾ ਜਿਹੜਾ ਕ੍ਰੈਡਿਟ ਹੈ ਜੇਕਰ ਦਿੱਤਾ ਜਾਂਦਾ 100 ਸਾਲ ਪੁਰਾਣੀ ਚੋ ਤਾਂ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਔਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਸੁਬੀਰ ਸਿੰਘ ਬਾਦਲ ਬਾਰ-ਬਾਰ ਕਹਿੰਦੇ ਵੀ ਨੇ ਵੀ ਬਾਪੂ ਬਾਦਲ ਸਟੈਬਲਿਸ਼ ਹੋ ਜੇ ਇਹ ਸ਼ਬਦ ਬਾਰ-ਬਾਰ ਉਹ ਯੂਜ਼ ਕਰ ਰਹੇ ਨੇ ਕਿ ਉਹ ਲੋਕਾਂ ਨਾਲ ਜੁੜੇ ਹੋਏ ਲੀਡਰ ਸੀ ਤੇ ਹਮੇਸ਼ਾ ਹਿੰਦੂ ਸਿੱਖ ਭਾਈਚਾਰਾ ਜਿਹੜਾ ਉਹਨਾਂ ਨੇ ਹਮੇਸ਼ਾ ਕਾਇਮ ਰੱਖਿਆ ਭਾਈਚਾਰੇ ਦੇ ਬਾਹਰ ਦਾਗੂ ਸੀ ਜਿਨ੍ਹਾਂ ਨੇ ਇਹ ਗੱਲ ਕੀਤੀ ਇਹ ਕੁਝ ਟ੍ਰੈਂਡ ਹੈ ਜਿਹੜਾ ਮਤਲਬ ਉਹਨਾਂ ਦਾ ਫੋਕਸ ਏਰੀਆ ਅਜਨੇ ਜਿਨ੍ਹਾਂ ਤੇ ਉਹ ਜੋ ਮੈਂ ਇੱਕ ਤਰੀਕੇ ਦੇ ਨਾਲ ਲੋਕਾਂ ਨੂੰ ਕਹਿੰਦੇ ਨੇ ਵੋਟ ਪਾਓ ਐਤਕੀ ਆਪਣੀ ਪਾਰਟੀ ਨੂੰ ਲਿਆਓ ਦੂਜਿਆਂ ਨੂੰ ਹਰਾਓ ਕਿਸ ਨਾ ਕਿਸੇ ਰੂਪ ਚ ਹੁਣ ਸਵਾਲ ਇੱਕ ਇਹ ਹੈ ਕਿ ਅਕਾਲੀ ਦਲ ਦਾ ਇਹਦੇ ਤੋਂ ਨਜ਼ਰੇ ਆ ਰਿਹਾ ਕਿ ਅਕਾਲੀ ਦਲ ਦਾ ਜਿਹੜਾ ਆਪਣਾ ਇੱਕ ਕੇਡਰ ਬੇਸ ਹੈ ਭਾਵੇਂ ਕਮਿਟਮੈਂਟ ਹੁਣ ਪਾਰਟੀਆਂ ਨਾਲ ਓਨੀ ਨਹੀਂ ਦੀ ਰਹੀ ਲੋਕਾਂ ਦੀ ਪਰ ਫਿਰ ਵੀ ਇੱਕ ਗਰੁੱਪ ਹੁੰਦੇ ਨੇ ਜਿਹੜੇ ਕਿਸੇ ਨਾ ਕਿਸੇ ਨਾਲ ਜੁੜੇ ਹੁੰਦੇ ਨੇ ਹਰ ਪਾਰਟੀ ਚੋਂ ਹੀ ਕਮਿਟਮੈਂਟ ਤਾਂ ਪਾਰਟੀਆਂ ਦੇ ਵਿੱਚੋਂ ਗਈ ਹੈ ਲੋਕਾਂ ਦੀ ਔਰ ਉਹਦੀ ਈਮੋਸ਼ਨਲ ਅਟੈਚਮੈਂਟ ਕਿਸੇ ਵੀ ਪਾਰਟੀ ਨਾਲ ਨਹੀਂ ਕਿਉਂਕਿ ਇਮੋਸ਼ਨ ਜਿਹਦੇ ਇਸ਼ੂ ਹੀ ਨਹੀਂ ਹੁੰਦੇ ਜਿਹੜੇ ਉਸ ਲੈਵਲ ਤੇ ਚੱਲਦੇ ਨੇ ਤੇ ਕੇਵਲ ਪਾਰਟੀਆਂ ਹੁਣ ਰਾਜ ਪ੍ਰਬੰਧ ਦੇ ਲਈ ਹਿੱਸੇਦਾਰੀ ਲਈ ਜ਼ਿਆਦਾ ਲੜਦੀਆਂ ਦਿਖਾਈ ਦੇ ਰਹੀਆਂ ਨੇ ਇਸੇ ਕਰਕੇ ਪਰ ਜਿਹੜਾ ਅਕਾਲੀ ਦਲ ਦਾ ਕੇਡਰ ਆ ਉਹ ਸਾਧਨ ਸੰਪਨ ਹੈ ਮੁਕਾਬਲ ਤਨ ਜ਼ਿਆਦਾ ਅਕਾਲੀ ਦਲ ਦਾ ਬੁਨਿਆਦੀ ਕੋਰ ਵੋਟ ਜਿਹੜਾ ਉਹ ਕਿਸਾਨੀ ਤੇ ਪੰਥਕ ਸਾਈਡ ਗਿਣੀ ਜਾਂਦੀ ਹੈ ਔਰ ਅਜੇ ਵੀ ਜਿਹੜੀ 17-18% ਵੋਟ ਹੈ 18% ਕਾਫੀ ਵੋਟ ਹੁੰਦੀ ਹੈ ਪਰ ਉਹ ਹਾਂ ਜਿਤਾਉਣ ਦੇ ਨੇੜੇ ਨਹੀਂ ਜਾਂਦੀ ਮਤਲਬ ਜੇ ਉਹ ਕਿਹਾ ਜਾਏ ਤਾਂ ਉਹ ਕਾਫੀ ਵੋਟ ਮੰਨੀ ਜਾਂਦੀ ਹੈ ਉਸ ਪੰਦਰ ਦੇ ਉੱਤੇ ਹੁਣ ਜੇ ਪ੍ਰੋਫਾਈਲ ਦੇਖਦੇ ਆਂ ਸ਼ਹਿਰਾ ਚੋ ਅਕਾਲੀ ਦਲ ਨੂੰ ਉਨੂੰ ਹੀ ਵੋਟ ਨਹੀਂ ਪਈ ਕਹਿੰਦੇ ਪਹਿਲਾਂ ਹੁਣ ਸ਼ਹਿਰਾ ਦਾ ਪ੍ਰੋਫਾਈਲ ਥੋੜਾ ਜਿਹਾ ਬਦਲਿਆ ਕਿ ਕਾਫੀ ਪਿੰਡਾਂ ਦੇ ਲੋਕ ਸ਼ਹਿਰਾ ਸਿਫਟ ਹੋ ਗਏ ਅੱਗੇ ਤਾਂ ਇਹੀ ਕਹਿ ਰਹੇ ਸੀ ਜਦੋਂ ਅਕਾਲੀ ਭਾਜਪਾ ਗੱਠ ਜੋੜ ਸੀ ਉਹਨੂੰ ਇਸ ਗੱਲ ਲਈ ਉਭਾਰਿਆ ਜਾਂਦਾ ਸੀ ਕਿ ਅਕਾਲੀ ਦਲ ਸਿੱਖਾਂ ਦੀ ਪਾਰਟੀ ਭਾਜਪਾ ਹਿੰਦੂਆਂ ਦੀ ਪਾਰਟੀ ਹਿੰਦੂ ਸਿੱਖ ਭਾਈਚਾਰਾ ਬਣ ਗਿਆ ਪਹਿਲਾਂ ਪਹਿਲਾਂ ਇਥੋਂ ਉਭਾਰਿਆ ਜਾਂਦਾ ਸ਼ੁਰੂ ਸੀ ਇਹਦਾ ਹੀ ਦੂਜੇ ਰੂਪ ਚ ਜੇ ਕਹਿਣਾ ਹੋਵੇ ਅਕਾਲੀ ਦਲ ਪਿੰਡਾਂ ਦੀ ਪਾਰਟੀ, ਭਾਜਪਾ ਸ਼ਹਿਰਾਂ ਦੀ ਪਾਰਟੀ, ਮੇਨ ਸ਼ਹਿਰਾਂ ਲਈ ਉਹਨਾਂ ਨੂੰ ਟਿਕਟ ਦੇ ਦਿਓ। ਥੋੜਾ ਬਹੁਤ ਹਿੱਸਾ ਅਕਾਲੀ ਦਲ ਦਾ ਸੀ ਪਿੰਡਾਂ 'ਚ ਭਾਜਪਾ ਦਾ ਨਾਮਾਤਰ ਹਿੱਸਾ ਸੀ। ਤਾਂ ਪਿੰਡ ਤੇ ਸ਼ਹਿਰ ਦਾ ਇੱਕ ਗੱਠਜੋੜ ਹੋ ਗਿਆ। ਇਹ ਇੱਕ ਗੱਠਜੋੜ ਮੰਨਿਆ ਜਾਂਦਾ ਰਿਹਾ ਉਸ ਲੈਵਲ ਦੇ ਉੱਤੇ। ਹੁਣ ਜਿਹੜਾ ਪਿੰਡੂ ਅਕਾਲੀ ਦਲ ਦਾ ਵੋਟਰ ਹੈ, ਉਹ ਸਾਧਨ ਸੰਪਰਕ ਕੰਪੈਰੀਟਿਵਲੀ ਜ਼ਿਆਦਾ ਹੈ ਕਿਸਾਨ। ਪਰ ਜਿਹੜਾ ਗਰੀਬ ਵਰਗ ਹੈ ਉਹ ਵੋਟਰ ਇਸ ਢੰਗ ਨਾਲ ਪਹਿਲਾਂ ਤੋਂ ਬੰਨਿਆ ਜਾਂਦਾ ਰਿਹਾ ਵੀ ਇੱਕ ਇੱਕ ਕਿਸਾਨ ਨਾਲ ਕਈ ਕਈ ਮਜ਼ਦੂਰ ਲੱਗੇ ਹੁੰਦੇ ਨੇ ਤੇ ਉਹਨਾਂ ਤੇ ਉਹ ਇੰਪੈਕਟ ਕਰਦਾ ਵੋਟਾਂ ਦੇ ਉੱਤੇ ਇਹ ਤੋਂ ਪਹਿਲਾਂ ਕਰਦਾ ਰਿਹਾ ਪਰ ਸਟੈਪ ਬਾਈ ਸਟੈਪ ਉਹ ਇੰਪੈਕਟ ਘਟਦਾ ਜਾ ਰਿਹਾ ਸੋਸਾਇਟੀ ਦੇ ਵਿੱਚ ਜਿਸ ਢੰਗ ਨਾਲ ਨਮੀਆਂ ਘਟਦਾਵਾ ਵਾਪਰਦੀਆਂ ਨੇ ਉਦੋਂ ਦੀ ਜੌਬ ਕਿਸਾਨੀ ਤੇ ਨਿਰਭਰਤਾ ਘਟਦੀ ਜਾ ਰਹੀ ਹੈ ਤੇ ਕੇਵਲ ਸੇਰੀ ਜਾਂ ਹੋਰਾਂ ਥਾਵਾਂ ਤੇ ਜਾ ਰਹੇ ਨੇ ਈਵਨ ਮਨਰੇਗਾ ਵਰਗੇ ਕੰਮਾਂ ਨੇ ਜਿੱਥੇ ਸਰਕਾਰੀ ਰੋਜ਼ਗਾਰ ਪੈਦਾ ਜੇ ਜਿਹੜੀ ਸਾਈਡ ਤੇ ਹੋ ਗਿਆ ਤੁਹਾਡੇ ਘਰਾਂ ਚ ਕੰਮ ਕਰਨਾ ਬੰਦ ਹੋ ਗਿਆ ਉਹ ਇਹ ਸਾਰੀਆਂ ਗੱਲਾਂ ਅਸਰ ਅਦਾਜ ਹੋ ਰਹੀਆਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਔਰ ਇਹ ਫਿਰ ਵੋਟ ਪਾਉਣ ਲਈ ਇੰਡੀਪੈਂਡੈਂਸ ਵੀ ਬੰਦੇ ਨੂੰ ਕਿਸੇ ਨੂੰ ਮਿਲਦੀ ਆ ਹਾਲਾਂਕਿ ਕੋਈ ਵੀ ਕਾਸਟ ਜਿਹੜੀ ਹੈ ਉਹ ਹੋਮੋਜੀਨियस ਨਹੀਂ ਹੈ ਨਾ ਦਲ ਤਿਕੋ ਜੇ ਨੇ 39 ਕਾਸਟਾਂ ਨੇ ਦੋ ਤਿੰਨ ਤਾਂ ਕਾਫੀ ਜ਼ਿਆਦਾ ਡੋਮਿਨੇਟਿੰਗ ਨੇ ਤੇ ਜਿਹੜੀਆਂ ਕੋਈ ਕਿਸੇ ਨੂੰ ਪੈਂਦੀ ਆ ਕੋਈ ਕਿਸੇ ਨੂੰ ਪੈਂਦੀ ਆ ਕੋਈ ਕਿਸੇ ਨੂੰ ਉਹ ਅਲੱਗ ਗੱਲ ਹੈ ਪਰ ਫਿਰ ਵੀ ਇੱਕ ਮੋਟਾ ਜਿਹਾ ਕਰਾਈਟਰੀਆ ਜ਼ਿਆਦਾਤਰ ਇਹ ਗਿਣਿਆ ਜਾਂਦਾ ਰਿਹਾ ਕਿ ਕਾਂਗਰਸ ਦਾ ਵੋਟ ਬੈਂਕ ਬੇਸਿਕਲੀ ਹਿੰਦੂ ਪਲਾਸ ਸੰਦਾਲਤ ਜਿਹੜਾ ਭਾਈਚਾਰਾ ਓਵਰਆਲ ਇੰਡੀਆ ਤੇ ਪੰਜਾਬ ਦੇ ਵਿੱਚ ਵੀ ਜ਼ਿਆਦਾ ਇਹ ਨਹੀਂ ਕਿ ਉਹਨਾਂ ਨੂੰ ਜੱਟ ਮੋਟ ਪੈਂਦੀ ਨਹੀਂ ਇਹ ਨਹੀਂ ਕਿ ਉਹਨੂੰ ਦੂਜੀ ਵੋਟ ਕਿਸੇ ਨੂੰ ਨਹੀਂ ਪੈਂਦੀ ਫੈਦੀ ਐ ਕ੍ਰੋਸਿੰਗ ਪਰ ਮੇਜਰ ਕੰਪੋਨੈਂਟ ਜਿਹੜਾ ਇਸ ਲੈਵਲ ਦੇ ਉੱਤੇ ਹੁੰਦਾ ਤਾਂ ਹੁਣ ਕੀ ਇਹ ਨਾ ਇਕੱਠਾਂ ਦੇ ਮਾਮਲੇ 'ਚ ਸਭ ਤੋਂ بڑا ਕੁਐਸਚਨ ਇਹ ਹੈ ਕਿ ਇਹ ਕਾਡਰ ਬੇਸਡ ਜਿਹੜਾ ਇਕੱਠ ਹੋ ਰਿਹਾ ਇਹ ਇਕੱਠ ਵੋਟ 18% ਤੋਂ ਜੇਤੂ ਹیثیت ਚਲੇ ਜਾਣ ਦੇ ਕਾਬਿਲ ਹੋਵੇਗਾ ਬਾਕੀ ਦੀਆਂ ਚੀਜ਼ਾਂ ਜੇਕਰ ਐਵੇਂ ਰਹਿੰਦੀਆਂ ਜਿਹੜੀਆਂ ਬਾਕੀ ਚੀਜ਼ਾਂ ਜਥੇਦਾਰ ਕੌਂਕੇ ਦਾ ਮਾਮਲਾ ਸੁਖਬੀਰ ਸਿੰਘ ਬਾਦਲ ਆਪਣੇ ਲੀਡਰਾਂ ਨੂੰ ਲੈ ਕੇ ਉਹਨਾਂ ਦੇ ਘਰ ਵੀ ਜਾ ਕੇ ਆਏ ਨੇ ਉਹਨਾਂ ਦੀ ਕੌਂਕੇ ਸਾਹਿਬ ਦੀ ਧਰਮ ਸਪਤਨੀ ਤੋਂ ਇੱਕ ਐਫ ਆਈ ਆਰ ਵੀ ਦਰਜ ਕਰਵਾਈ ਹੈ ਵੱਖ-ਵੱਖ ਮਾਮਲਿਆਂ 'ਚ ਕਿ ਇਹ ਚੀਜ਼ਾਂ ਨਾਲ ਜਿਹੜਾ ਇੱਕ ਸੈਂਟੀਮੈਂਟ ਸਾਡੇ ਸਾਹਮਣੇ ਆਉਂਦਾ ਹੈ ਉਹ ਕਾਫੀ ਦੁਰਸਤ ਹੋਣਗੇ ਬਾਈਬਲ ਤੋਂ ਲੈ ਕੇ ਹੁਣ ਤੱਕ ਦੇ ਜਿੰਨੇ ਮਾਮਲੇ ਚੱਲ ਰਹੇ ਨੇ ਕਿਉਂਕਿ ਸਾਰੀਆਂ ਚੀਜ਼ਾਂ ਨਾਲ ਨਾਲ ਚੱਲਦੀਆਂ ਨੇ ਪੰਥ ਦੇ ਆਪਣੇ ਈਸ਼ੂ ਨੇ ਪੰਜਾਬ ਦੇ ਪੁਰਾਣੇ ਜਿਹੜੇ ਪੈਂਡਿੰਗ ਪਏ ਆਪਣੇ ਇਸ਼ੂ ਨੇ ਤੇ ਡਵੈਲਪਮੈਂਟ ਇੱਕ ਆਪਣਾ ਇਸ਼ੂ ਇੱਕ ਅਲੱਗ ਇਸ਼ੂ ਇਹ ਸਾਰਿਆਂ ਦਾ ਆਪੋ ਆਪਣਾ ਇੱਕ ਵੋਟਰ ਤੇ ਅਸਰ ਹੈ ਤੇ ਕੀ ਇਹ ਕੰਬੀਨੇਸ਼ਨ ਤੋਂ ਬਿਨਾ ਕੋਈ ਜੇਤੂ ਹਸਿਆ ਤੱਕ ਜਾ ਸਕਦਾ ਜਾਂ ਨਹੀਂ ਇਹ ਸਵਾਲ ਅਜੇ ਵੀ ਅਣਸੁਣਜਿਆ ਇਹਨੂੰ ਕੋਈ ਕਹਿ ਨਹੀਂ ਸਕਦਾ ਕਿ ਫਾਈਨਲ ਇਸ ਲੈਵਲ ਤੇ ਚਲਾ ਜਾਊਗਾ ਪ੍ਰੋਜੈਕਟਾਰ ਸਿੰਘ ਜੀ ਸਭ ਤੋਂ ਵੱਡਾ ਸੰਕਟ ਐ ਇਸ ਵੇਲੇ ਇਹ ਹੈ ਕਿ ਅਕਾਲੀ ਦਲ ਕੱਲਾ ਜਾਵੇ ਜਾਂ ਪੁਰਾਣੇ ਭਾਈਵਾਲ ਬੀਜੇਪੀ ਨਾਲ ਜਾਵੇ ਵੋਟਾਂ ਸ਼ਹਿਰ ਦੇ ਵਿੱਚੋਂ ਵਪਾਰੀਆਂ ਦੀਆਂ ਹਿੰਦੂਆਂ ਦੀਆਂ ਤੇ ਪਿੰਡਾਂ ਦੇ ਵਿੱਚੋਂ ਸਿੱਖਾਂ ਦੀਆਂ ਤੇ ਬਾਕੀ ਜਾਤਾਂ ਦੀਆਂ ਇਕੱਠੀਆਂ ਹੋ ਕੇ ਪੈਣ ਤਾਂ ਜੇ ਤੋ ਸਥਿਤੀ ਚੋਂ ਇਹਨਾਂ ਨੂੰ ਪਲੱਸ ਰਿਹਾ ਕਿ ਇਹਨਾਂ ਨਾਲ ਭੋਜਨ ਸਮਾਜ ਪਾਰਟੀ ਵੀ ਸੀ ਉਹਦਾ ਵੱਖਰੀ ਕੱਲ ਕੇ ਕਿੰਨਾ ਵੋਟ ਪ੍ਰਤੀਸ਼ਤ ਹੈ ਦਲਤਾਂ ਦੇ ਨਜ਼ਰੀਏ ਤੋਂ ਉਹਨੂੰ ਆਪਾਂ ਪਾਸੇ ਰੱਖ ਲਈਏ ਫਾਰ ਦਾ ਟਾਈਮ ਬੀਇੰਗ ਤਾਂ ਇੱਕ ਕੰਬੀਨੇਸ਼ਨ ਤਗੜਾ ਬਣਦਾ ਪਰ ਇਹਦੇ ਵਿੱਚ ਸਭ ਤੋਂ ਵੱਡੀ ਹਾਰਡਲ ਇਹ ਆ ਕਿ ਜਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਹਿ ਰਹੇ ਨੇ ਕਿ ਸਾਨੂੰ ਬੰਦੀ ਸਿੱਖਾਂ ਦੇ ਮਾਮਲੇ 'ਚ ਰਾਜਵਣਾ ਖਾਸ ਤੌਰ ਤੇ ਜਿਹੜਾ ਪੰਜ ਮੈਂਬਰੀ ਕਮੇਟੀ ਉਹਨੂੰ ਕੋਈ ਹੁਣ ਤੱਕ ਹੰਗਾਰਾ ਹੀ ਨਹੀਂ ਭਰਿਆ ਗਿਆ ਚਿੱਠੀ ਪੱਤਰ ਦਾ ਜਵਾਬ ਹੀ ਨਹੀਂ ਦਿੱਤਾ ਗਿਆ ਸਮਤ ਕੀ ਦੇਣਾ ਐਸੀ ਸਥਿਤੀ ਦੇ ਵਿੱਚ ਭਾਜਪੀ ਨਾਲ ਜਾਣ ਜਾਣਾ ਕਾਲੀ ਦਲ ਨਾਲ ਤੇ ਹੋਰ ਜ਼ਿਆਦਾ ਜਗੋ ਤੇਰਵੀ ਹੋਣ ਵਾਲੀ ਗੱਲ ਉਹ ਹੋਰ ਸੰਕਟ ਚਲੇ ਜਾਊਗਾ ਜੇ ਉਹ ਆਪਣੇ ਬੰਦੀ ਸਿੱਖਾਂ ਵਾਲੇ ਮਸਲੇ ਨੂੰ ਅਡਰੈਸ ਕਰਾਏ ਬਿਨਾ ਚਲੇ ਜਾਂਦਾ ਹੈ ਬੀਜਪੀ ਦੇ ਨਾਲ ਤਾਂ ਸਿੱਖਪੋਰਟ ਤਾਂ ਹੋਰ ਜ਼ਿਆਦਾ ਨਾਰਾਜ਼ ਹੋਊਗੀ ਰਾਦਰ ਨਾਰਾਜ਼ ਹੋਊਗੀ ਤੇ ਬਸਪਾ ਜਿਹੜੀ ਕਿ ਐਨਡੀਏ ਨਾਲੋਂ ਨਾਤਾ ਤੋੜ ਬੈਠੀ ਐ ਇੱਕ ਤਰ੍ਹਾਂ ਨਾਲ ਬਣਿਆ ਤੇ ਕਦੇ ਵੀ ਨਹੀਂ ਸੀ ਗੁਪਤ ਤੌਰ ਤੇ ਮੰਨਿਆ ਜਾਂਦਾ ਸੀ ਕਿ ਮਾਇਆਵਤੀ ਦਾ ਪਾਸੇ ਰਹਿਣਾ ਬੀਜਪੀ ਨੂੰ ਫਾਇਦਾ ਦਿੰਦਾ ਲੇਕਿਨ ਜਦੋਂ ਉਹ ਐਨਡੀਏ ਦੇ ਨਾਲ ਜਾਣ ਤੋਂ ਨਾ ਕਰ ਗਿਆ ਤਾਂ ਜੇ ਅਕਾਲੀ ਦਲ ਐਨਡੀਏ ਨਾਲ ਜਾਂਦਾ ਤਾਂ ਬਸਪਾ ਪਾਸੇ ਜਾਊਗੀ ਦਲਿਤ ਵੋਟ ਜਿੰਨੀ ਕੁ ਵੀ ਉੱਥੋਂ ਆਉਂਦੀ ਆ ਉਹ ਵੀ ਨੁਕਸਾਨ ਓਵਰਆਲ ਸਥਿਤੀਆਂ ਦੇ ਵਿੱਚ ਉਧਰ ਪਾਈ ਰੋਡੇ ਦੀ ਅਗਵਾਈ ਦੇ ਵਿੱਚ ਜਥੇਦਾਰ ਕੌਂਕੇ ਦਾ ਮਾਮਲਾ ਫਿਰ ਉਹ ਬਾਹਰ ਆ ਗਿਆ ਜਲੰਧਰ ਤੋਂ 1 ਮਾਰਚ ਦੀ ਗੱਲ ਹੋ ਗਈ ਆ ਇੱਕ ਨੋ ਮੈਂਬਰੀ ਕਮੇਟੀ ਬਣਾਈ ਗਈ ਆ ਇਹਨਾਂ ਸਥਿਤੀਆਂ ਦੇ ਵਿੱਚ ਜਦੋਂ ਐਫ ਆਈ ਆਰ ਦਰਜ ਕਰਾਉਣ ਲਈ ਜਥੇਦਾਰ ਕੌਂਕੇ ਦੇ ਪਰਿਵਾਰ ਨੂੰ ਕਾਦੀਦਾਰ ਲੈ ਕੇ ਅੱਗੇ ਵਧਿਆ ਤੇ ਜੇਕਰ ਜੇਕਰ ਸਰਕਾਰ ਵਾਲੀ ਇਹਦੇ ਸੰਬੰਧੀ ਕੋਈ ਜਾਂਚ ਕਮਿਸ਼ਨ ਬੁਠਾ ਦੇ ਜਾਂ ਬਣਾ ਦੇ ਇਸ ਐਫ ਆਈ ਆਰ ਤੋਂ ਪਾਸੇੋਂ ਦੀ ਲੰਘ ਕੇ ਵੀ ਤਾਂ ਮੈਨੂੰ ਲੱਗਦਾ ਉਹ ਵੀ ਮਾਮਲਾ ਹੱਥੋਂ ਚਲੇ ਜਾਣਾ ਸੋ ਇਨ ਟੋਟੈਲਿਟੀ ਅਕਾਲੀ ਦਲ ਪੂਰਾ ਜ਼ੋਰ ਲਾ ਕੇ ਵੀ ਕੀ ਪੈਰਾਂ ਤੇ ਆਜੂਗਾ ਮੈਂ ਤੁਹਾਡੇ ਤੋਂ ਸਮਝਣਾ ਚਾਹੁੰਦਾ ਜਿੱਦਾਂ ਦੀਆਂ ਪਰਸਤਿਤੀਆਂ ਨੇ ਮਤਲਬ ਇਹ ਨਹੀਂ ਕਿ ਜੋ ਸਾਹਮਣੇ ਦਿਖ ਰਿਹਾ ਉਹ ਹੀ ਦਿਖ ਰਿਹਾ ਮੈਂ ਦੋ ਕਾਨਫਰੰਸਾਂ ਇਹਨਾਂ ਦੀਆਂ ਸੁਣੀਆਂ ਮੁਕਸਰ ਵਾਲੀਆਂ ਦੋਵੇਂ ਅ ਤੱਕ ਤੋਂ ਪੁਰੇ ਵਾਲੀ ਧੀਜੀ ਅੱਜ ਮੈਂ ਥੋੜੀ ਜੀ ਖਵਰਾ ਦੀ ਸੁਣੀ ਹੈ ਨਹੀਂ ਤਾਂ ਮੈਂ ਨਾਰਮਲੀ ਇਹ ਲਾਈਵ ਸੁਣਦਾ ਹੁੰਦਾ ਹੁਣਾ ਇਹਨਾਂ ਦੀਆਂ ਤੇ ਜਿਹੜਾ ਹੁਣ ਇੰਪੋਰਟੈਂਟ ਇਸ਼ੂ ਆ ਰੰਦਾ ਵਾ ਜੀ ਉਹ ਸਿਰਫ ਅਲਾਈਅੰਸ ਨਹੀਂ ਹੈ ਪਹਿਲਾ ਇਸ਼ੂ ਹੈ ਕਿ ਕੀ ਅਕਾਲੀ ਦਲ ਇਸ ਸਿਚੁਏਸ਼ਨ ਦੇ ਵਿੱਚ ਰਵਾਈਵ ਹੋ ਸਕਦਾ ਹੈ ਜੇਰ ਵਾਈਵ ਹੋਣਾ ਹੈ ਕਿ ਅਕਾਲੀ ਦਲ ਨੇ ਕੋਈ ਨਵਾਂ ਆਪਣਾ ਨਰੇਟਿਵ ਸਰਜ ਲਿਆ ਹੈ। ਤੋਂ ਮੈਂ ਪਿਛਲੇ 4-5 ਜਿਹੜੀਆਂ ਇਹਨਾਂ ਸਰ ਵੀਰ ਜੀ ਦੇ ਭਾਸ਼ਣ ਹੈਗੇ। ਦਰਬਾਰ ਸਾਹਿਬ ਵਾਲੇ ਤੋਂ ਲੈ ਕੇ 103ਵੇਂ ਜਿਹੜੇ ਸਥਾਪਨਾ ਦਿਵਸ ਸੀ ਜਿਹੜੇ ਇਹਨਾਂ ਨੇ ਸੋ ਕਾਲਡ ਮਾਫੀ ਮੰਗੀ ਸੀ ਉਹ ਤੋਂ ਸਾਰਾ ਇਕੱਠਾ ਕਰਕੇ ਜਿਹੜਾ ਮੈਨੂੰ ਸਾਹਮਣੇ ਨਜ਼ਰ ਆ ਰਿਹਾ ਹੈ। ਇੱਕ ਕਿ ਇਹ ਹੁਣ ਪਾਰਟੀ 'ਚ ਇੱਕ ਹੋਰ ਸ਼ਿਫਟ ਆ ਗਈ। ਇਹ ਪਹਿਲੀ ਵਾਰ ਹੈ ਕਿ ਅਕਾਲੀ ਦਲ ਇੱਕ ਲੀਡਰ ਸੈਂਟ੍ਰਿਕ ਹੋ ਰਿਹਾ ਹੈ। ਟੋਟਲ ਫੋਕਸ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਆ ਰਿਹਾ ਹੈ। ਕਿ ਬਾਦਲ ਸਾਹਿਬ ਨੇ ਅਗ ਕੀਤਾ, ਬਾਦਲ ਸਾਹਿਬ ਨੇ ਅਗ ਕੀਤਾ, ਬਾਦਲ ਸਾਹਿਬ ਨੇ ਅਗ ਕੀਤਾ। ਨਾਰਮਲੀ ਜਿੰਨਾ ਕ ਮੇਰਾ ਮੈਂ ਕਵਰ ਕੀਤਾ ਅਕਾਲੀ ਦਲ ਨੂੰ ਕਦੇ ਵੀ ਕਿਸੇ ਲੀਡਰ ਦੇ ਬਾਰੇ ਕਦੇ ਕਦੇ ਗੱਲ ਨਹੀਂ ਸੀ ਹੋਈ। ਤੇ ਹੁਣ ਨਾਰੇ ਵੀ ਵੈਸੇ ਤਾਂ 1990 'ਚ ਪਹਿਲੀ ਵਾਰ ਲੀਡਰ ਸੈਂਟ੍ਰਿਕ ਨਾਅਰੇ ਲੱਗੇ ਸੀ ਬਾਕੇ ਦੀ ਕਾਨਫਰੰਸ ਤੇ ਜਦੋਂ ਅਕਾਲੀ ਦਲ ਦੋ ਫਾੜ ਹੋ ਗਿਆ ਸੀ ਟੋੜਾ ਸਾਹਿਬ ਨੂੰ ਬਾਹਰ ਕਰਤਾ ਸੀਗਾ ਮੈਂ ਉੱਥੇ ਹਾਜ਼ਰ ਸੀਗਾ ਸਾਬ ਪ੍ਰਕਾਸ਼ ਸਿੰਘ ਬਾਦਲ ਜਿੰਦਾਬਾਦ ਦੇ ਨਾਅਰੇ ਉੱਥੇ ਲੱਗੇ ਸੀਗੇ ਤੇ ਉਦੋਂ ਹਜੇ ਗੁਰਦਸਾਹਿਬ ਦਾ ਪ੍ਰਕਾਸ਼ ਹੋਇਆ ਕਰਦਾ ਸੀਗਾ ਤੇ ਆਬਜੈਕਸ਼ਨ ਵੀ ਇਸੇ ਗੱਲ ਤੇ ਹੋਇਆ ਸੀ ਬਾਅਦ ਦੇ ਵਿੱਚ ਕਿ ਗੁਰਦਸਾਹਿਬ ਦੀ ਹਾਜ਼ਰੀ ਤਾਂ ਵੈਸੇ ਹੀ ਨਹੀਂ ਲੱਗਦੇ ਤੇ ਅਕਾਲੀ ਗੱਲ ਦੀ ਟ੍ਰੈਡੀਸ਼ਨ ਵੀ ਨਹੀਂ ਸੀਗੀ ਕਿ ਕਿ ਸੇ ਵਿਅਕਤੀ ਵਿਸ਼ੇਸ਼ ਦੇ ਨਾਰੇ ਲੱਗਣ ਮੈਂ ਆ ਤਿੰਨੇ ਕਾਨਫਰੰਸਾਂ ਦੇਖੀਆਂ ਇਨ ਤਿੰਨਾਂ ਦੇ ਵਿੱਚ ਸਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਦੇ ਨਾਰੇ ਲਗਾਤਾਰ ਲੱਗੇ ਤੇ ਦੂਸਰਾ ਨਾਲ ਸੁਖਵੀਰ ਜੀ ਨੇ ਜਿਹੜੀ ਟੋਟਲ ਇਹਨਾਂ ਦਾ ਥਰਸਟ ਐ ਸਪੀਚਸ ਦਾ ਉਹ ਕਿ ਪ੍ਰਪਾਤ ਸਦਾ ਬਾਦਲ ਬਾਪੂ ਬਾਦਲ ਜਿਹੜਾ ਵਾਰ-ਵਾਰ ਵਰਤਦੇ ਹੁਣ ਇਹ ਵੀ ਸ਼ਿਫਟਡ ਪਹਿਲਾਂ ਸਰਦਾਰ ਬਾਦਲ ਕਹਿੰਦੇ ਹੁੰਦੇ ਸੀਗੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਲਿਆ ਕੀਤਾ ਕੀਤਾ ਹੋਣੋਂ ਲਗਾਤਾਰ ਕਹਿੰਦੇ ਬਾਪੂ ਬਾਦਲ ਨੇ ਆਹ ਕੀਤਾ ਤੇ ਆਹ ਕੀਤਾ ਤੇ ਆਹ ਕੀਤਾ ਉਹ ਮਨ ਲੱਗਦਾ ਕਿ ਅਕਾਲੀ ਦਲ ਨੂੰ ਇੱਕ ਬਾਕੀ ਪਾਰਟੀ ਦੀ ਤਰ੍ਹਾਂ origignal ਪਾਰਟੀ ਸਮਝਣ ਲੱਗ ਪਏ। ਤੋਂ ਉਹਦੇ ਕਰਕੇ ਜਿਹੜੀ ਇਹਨਾਂ ਦੀ ਪਰਸੈਪਸ਼ਨ ਹੈ ਸਾਰੀ ਰਿਵਾਈਵਲ ਦੀ ਉਹਦੇ ਚ ਰੂਟਡ ਹੈਗੀ ਹੈ। ਅਕਾਲੀ ਦਲ ਬਾਕੀ origignal ਪਾਰਟੀ ਦੀ ਤਰ੍ਹਾਂ ਕਿ ਸਿਰਫ origignal ਪਾਰਟੀ ਨਹੀਂ ਹੈ। ਇਹ ਸਿੱਖਾਂ ਦੀ ਤਰਜਮਾਨ ਪਾਰਟੀ ਹੈ। ਇਹਦਾ ਇਤਿਹਾਸ ਇਸੇ ਕਰਕੇ ਸ਼ਾਨਾਮਤ ਹੈ ਜਿਹੜਾ TMC ਹੈ ओरिजिनल ਪਾਰਟੀ ਹੈ DMK ਰਿਜਨਲ ਪਾਰਟੀ ਹੈ DMK ਜਰਕੇ ਉਹਨਾਂ ਦੀ ਤਰਜਮਾਨ ਪਾਰਟੀ ਦਰਾਵੜੀਅਨ ਪੋਲਿਟਿਕਸ ਦੀ ਤਰਜਮਾਨ ਪਾਰਟੀ ਬਣੀ ਸੀਗੀ ਤੇ ਉਹਨਾਂ ਨੇ ਅੱਜ ਗੁਜਰਾਤ ਦੇ ਐਗਜ਼ਾਮਪਲ ਵੀ ਦਿੱਤੇ ਦੇਖੋ ਜੀ ਗੁਜਰਾਤ ਦੇ ਲੋਕ ਮੋਦੀ ਸਾਹਿਬ ਨੇ ਇੰਨਾ ਕੰਮ ਕੀਤਾ ਮੋਦੀ ਸਾਹਿਬ ਤੇ ਬਾਦਲ ਸਾਹਿਬ ਦਾ ਕੰਪੈਰੀਜ਼ਨ ਮਤਲਬ ਵਰਚੂਅਲੀ ਬਿਨਾ ਇਹ ਗੱਲ ਕਹੇ ਉਹ ਕੰਪੈਰੀਜ਼ਨ ਕਰ ਰਹੇ ਸੀਗੇ ਕਿ ਬਾਦਲ ਸਾਹਿਬ ਨੇ ਇੰਨਾ ਕੰਮ ਕੀਤਾ ਤੁਸੀਂ ਸਾਨੂੰ ਹਰਾਤਾ ਬੋਦੀ ਸਾਹਿਬ ਨੇ ਨਕਮ ਕੀਤਾ ਤੇ ਉਹਨਾਂ ਦੀ ਪਾਰਟੀ ਉੱਥੇ ਲਗਾਤਾਰ ਪਾਵਰ ਚ ਆ ਰਹੀ ਹੈ ਗੁਜਰਾਤ ਦੀ ਜਿਹੜੀ ਪੋਲਿਟਿਕਸ ਹੈ ਉਹ ਟੋਟਲੀ ਕਵਨਲਾਈਜ਼ਡ ਹੈਗੀ ਹੈ ਉਹ ਸਟੇਟ ਮਰਟੀਕਲੀ ਡਿਵਾਈਡਡ ਹੈਗੀ ਹਿੰਦੂ ਤੇ ਮੁਸਲਮਾਨਾਂ ਦੇ ਵਿੱਚ ਇਹ ਵੀ ਧਿਆਨ ਚ ਰੱਖਣਾ ਚਾਹੀਦਾ ਉਹ ਕਹਿੰਦੇ ਵੀ ਬਾਕੀ ਰੀਜਨਲ ਪਾਰਟੀਆਂ ਨੂੰ ਲੋਕ ਵੋਟਾਂ ਪਾਉਂਦੇ ਆ ਤੇ ਸਾਨੂੰ ਸਾਡੇ ਖਿਲਾਫ ਪ੍ਰੋਪਾਗੈਂਡਾ ਬੜਾ ਹੋਇਆ ਝੂਠਾ ਤੇ ਲੋਕ ਮਿਸਲੀਡ ਹੋਗੇ ਗੱਲ ਉੱਥੇ ਹੀ ਫਿਰ ਆ ਜਾਂਦੀ ਹੈ ਜੜ ਕੇ ਮਾਫੀ ਜਿਸਦਰ ਮੰਗੀ ਸੀ ਉਸ ਤੇ ਲੱਗਦਾ ਸੀ ਵੀ ਸ਼ਾਇਦ ਕੋਈ ਇਨਟਰੋਸਪੈਕਸ਼ਨ ਇਹਨਾਂ ਨੇ ਕੀਤੀ ਹੋਵੇਗੀ ਹੁਣ ਜਿਹੜਾ ਮੈਂ ਅੱਜ ਦਾ ਨੈਰੇਟਿਵ ਸੁਣਾਇਆ ਥੋੜਾ ਜਿਹਾ ਕੁਝ ਰਾਤ ਨਾਲਾ ਖਾਸ ਕਰਕੇ ਤੇ ਬਾਕੀ ਰਿਜਨਲ ਪਾਰਟੀ ਵਾਲਾ ਉਹ ਤੋਂ ਲੱਗਦਾ ਹੈ ਕਿ ਇਹਨਾਂ ਨੂੰ ਇਹ ਲੱਗਦਾ ਹੀ ਨਹੀਂ ਕਿ ਸਾਥੋਂ ਕੋਈ ਗਲਤੀ ਹੋਈ ਹੁੰਦੀ ਹੈ ਕਿਉਂਕਿ ਇਹ ਤਾਂ ਲਗਾਤਾਰ ਕਿਹਾ ਜਾ ਰਿਹਾ ਹੁਣ ਜਦੋਂ ਇਹ ਭਾਈ ਕੌਂਕੇ ਦੇ ਮਾਮਲੇ ਦੇ ਉੱਤੇ ਆ ਕੇ ਇਹਨਾਂ ਦੇ ਤਿੰਨ ਚਾਰ ਲੀਡਰਾਂ ਨੇ ਸੀਨੀਅਰਸ ਨੇ ਤੇ ਜੂਨੀਅਰਸ ਨੇ ਪਰਸ ਕਾਫਰਸ ਕਰਕੇ ਆਪਣੇ ਆਪ ਨੂੰ ਡਿਫੈਂਡ ਕਰਨ ਦੀ ਕੋਸ਼ਿਸ਼ ਕੀਤੀ ਵੀ ਸਾਡੇ ਦਾ ਕੋਸਰ ਕੋਈ ਨਹੀਂ ਸੀਗਾ ਤੇ ਲੋਕ ਕਾਂਗਰਸ ਨੂੰ ਕਿਉਂ ਨਹੀਂ ਅਟੈਕ ਕਰਦੇ ਸਾਨੂੰ ਅਟੈਕ ਕਰ ਰਹੇ ਆ ਉਹ ਸਾਰਾ ਨਰੇਟਿਵ ਹੁਣ ਇੱਕ ਜਿਹੜਾ ਬਾਦਲ ਸਾਹਿਬ ਨੂੰ ਇਹ ਬਿਲਡ ਕਰਨ ਦੀ ਕੋਸ਼ਿਸ਼ ਕੀਤੀ ਆ ਰਹੀ ਹੈ ਪਹਿਲੀ ਗੱਲ ਤਾਂ ਇਹ ਆ ਕਿ ਅਕਾਲੀ ਜਿਹੜੀ ਕਲਚਰ ਆ ਉਹਦਾ ਪਾਰਟ ਨਹੀਂ ਹੈ ਤਾਂ ਮੈਂ ਕਹਿੰਦਾ ਕਿ ਬਹੁਤ ਇੰਪੋਰਟੈਂਟ ਸ਼ਿਫਟ ਹੈ ਪੰਥਕ ਸਿਆਸਤ ਦੇ ਵਿੱਚ ਲੋ ਪੰਜਾਬੀ ਤਾਂ ਪਹਿਲਾਂ ਆ ਗਈ ਸੀਗੀ ਲੇਕਿਨ ਲੀਡਰ ਓਰੀਐਂਟਡ ਸ਼ਿਫਟ ਇਹ ਪਹਿਲੀ ਵਾਰ ਆ ਰਹੀ ਹੈ ਸੋ ਇਹ ਇੱਕ ਤਾਂ ਨਵਾਂ ਪੁਆਇੰਟ ਹੈ ਦੇ ਵਿੱਚ ਦੂਸਰਾ ਕਿਉਂਕਿ ਹੋਰਾਂ ਦੇ ਮਾਮਲਾ ਆਉਣ ਤੋਂ ਬਾਅਦ ਇੱਕ ਮੰਗ ਲਗਾਤਾਰ ਉੱਠੀ ਹੈ ਪੰਥਕ ਸਫਾ ਦੇ ਵਿੱਚ ਹੁਣ ਤੁਸੀਂ ਲੱਜਵਾ ਤੇ ਅਸੀਂ ਹੁਣੇ ਵੀ ਪੁਰਾਣੇ ਪੰਥਕ ਪੰਥਕ ਤਾਂ ਹੁਣ ਵੀ ਇਹੀ ਹੈਗੇ ਆ ਅਕਾਲੀ ਦਲ ਤਾਂ ਆਪਣੇ ਆਪ ਨੂੰ ਪੰਥਕ ਕਹਿੰਦਾ ਹੀ ਨਹੀਂ ਕੋਸ਼ਿਸ਼ ਕੀਤੀ ਅੱਜ ਉਹਨਾਂ ਨੇ ਆਪੜੇ ਉਹਨਾਂ ਪੰਥਕ ਕਹਿਣ ਦੀ ਕੋਸ਼ਿਸ਼ ਕੀਤੀ ਆਪਣੇ ਤਖਤਪੁਰੇ ਵਾਲੀ ਕਾਰਪੋਰੇਟ ਦੇ ਵਿੱਚ ਲੇਕਿਨ ਜਿਨ੍ਹਾਂ ਲੋਕਾਂ ਨੇ ਅੱਜ ਮੀਟਿੰਗ ਕੀਤੀ ਕਾਲ ਤੱਕ ਦੇ ਨਾਲ ਬਾਵਾ ਗੁਰਵਾਸੇ ਦੇ ਗੁਰਦੁਆਰੇ ਦੇ ਨਾਲ ਦੇ ਬਾਹਰ ਉਹਨਾਂ ਨੂੰ ਪੰਥਕ ਸਫਾ ਹੀ ਕਿਹਾ ਜਾਂਦਾ ਹੈ ਉਹਨਾਂ ਨੇ ਮੰਗ ਰੱਖੀ ਵੀ ਹੈ ਕੁਝ ਦਿਨ ਪਹਿਲਾਂ ਤੋਂ ਖਾਸ ਕਰਕੇ ਜੋ ਦਿੱਲੀ ਦੇ ਵਿੱਚ ਇਹਨਾਂ ਦਾ ਸਮਾਗਮ ਹੋਇਆ ਸੀਗਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਛਤਰ ਛਾਇਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਜਿਹੜਾ ਉਹਨਾਂ ਨੂੰ ਫਖਰੇ ਕੌਮ ਪੰਤ੍ਰਤਨ ਦਾ ਕਿਤਾਬ ਮਿਲਿਆ ਸੀ ਕਾਲ ਤੱਕ ਸਾਹਿਬ ਤੋਂ ਉਹ ਵਾਪਸ ਲਿਆ ਜਾਂਦੀ। ਫੋ ਇੱਕ ਪਾਸੇ ਤਾਂ ਉਹ ਮੰਗ ਜ਼ੋਰ ਫੜਦੀ ਜਾ ਰਹੀ ਹੈ। ਦੂਜੇ ਪਾਸੇ ਸੁਖਵੀਰ ਜੀ ਬਾਦਲ ਸਾਹਿਬ ਦੇ ਨਾਂ ਤੇ ਸਿਆਸਤ ਕਰਨਾ ਚਾਹੁੰਦੇ ਆ। ਇਹ ਸਿੱਧੇ ਹੀ ਇੱਕ ਕਨਟਰਡਿਕਸ਼ਨ ਆ ਗਈ ਹੈ। ਪਰ ਜੇ ਉਹ ਮਿਥ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਇਹ ਜਿਹੜੀ ਪੱਥਰ ਸਫਾ ਹੈ ਉਹ ਉਸ ਮਤ ਨੂੰ ਤੋੜ ਤੋੜ ਰਹੀਆਂ ਲਗਾਤਾਰੀ ਬਾਕੀ ਤੋੜਨ ਦੀ ਲੋੜ ਹੀ ਨਹੀਂ ਹੁੰਦੀ ਜੋ ਕੁਛ ਬਾਦਲ ਸਾਹਿਬ ਦੇ ਵੇਲੇ ਹੋਇਆ ਹੁਣ ਪ੍ਰੈਕਟਿਸ ਵੀ ਦੇਖਣੀ ਚਾਹੀਦੀ ਹੈ ਵੀ ਜਿਹੜੀ ਬਾਦਲ ਸਾਹਿਬ ਦੀ ਸਿਆਸਤ ਸੀ ਉਹਨੇ ਅਕਾਲੀ ਦਲ ਨੂੰ ਪਹੁੰਚਾਇਆ ਕਿੱਥੇ ਅੱਜ ਦੀ ਤਰੀਕ ਦੇ ਵਿੱਚ ਅਕਾਲੀ ਦਲ ਤਾਂ ਸੀਟਾਂ ਤੇ ਹੈ ਜੋ ਕੁਛ ਵੀਰ ਦੀ ਗੜਾ ਰਿਹਾ ਕਿ ਬਾਦਲ ਸਾਹਿਬ ਨੇ ਆਹ ਕੀਤਾ ਆਹ ਕੀਤਾ ਤੁਸੀਂ ਲੈ ਲਓ 2022 ਤੋਂ ਤਾਂ ਉਸ ਤੋਂ ਪਹਿਲਾਂ 17 ਦੇ ਵਿੱਚ ਤੀਜੀ ਪਾਰਟੀ ਬਣ ਗਈ ਸੀ ਕਾਰੀ ਦਲ ਜਰਕੇ 10 ਸਾਲ ਦੇ ਪ੍ਰਾਪਤੀ ਤੋਂ ਬਾਅਦ ਜਿਹੜੇ ਘੜਾ ਰਿਹਾ ਕਿ ਸਾਡੇ ਵੇਲੇ ਆ ਹੋਇਆ ਉਸ ਤੋਂ ਬਾਅਦ ਤੀਜੀ ਪਾਰਟੀ ਨੰਬਰ ਮੇਨ ਮੇਨ ਤੇ ਆਪ ਆ ਗਈ 222 ਦੇ ਵਿੱਚ ਤਿੰਨ ਸੀਟਾ ਤੇ ਰਹਿ ਗਈ ਬਾਗਲ ਸਾਹਿਬ ਦੇ ਸਿਆਸਤ ਤੋਂ ਤਿੰਨ ਸੀਟਾ ਤੇ ਲਈਏ ਨਾ ਉਹ ਕਹਿ ਰਹੇ ਵੀ ਸਾਡੇ ਦੇ ਖਿਲਾਫ ਮਿਸਲੀਡਿੰਗ ਪ੍ਰਚਾਰ ਹੋਇਆ ਤਾਂ ਲੋਕ ਮਿਸਲੀਡ ਹੋ ਗਏ ਫਿਰ ਉਹ ਸਾਰੀ ਗੱਲ ਜੇ ਇਕੱਠੀ ਕਰ ਲਈਏ ਤਾਂ ਲੱਗਦਾ ਹੈ ਕਿ ਨਰੇਟਿਵ ਨਵਾਂ ਕੋਈ ਨਹੀਂ ਉਹ ਬਾਦਲ ਸਾਹਿਬ ਦੇ ਨਾਂ ਤੇ ਪਾਰਟੀ ਨੂੰ ਰਿਵਾਈਵ ਕਰਨਾ ਚਾਹੁੰਦੇ ਆ ਚਲੋ ਇਹ ਠੀਕ ਜੇ ਹੋ ਜੇ ਵਧੀਆ ਗੱਲ ਹੈ ਪੰਜਾਬ ਨੂੰ ਤਕੜੇ ਕਾਲੇ ਕਲ ਦੀ ਬਹੁਤ ਲੋੜ ਹੈਗੀ ਹੈ ਲੇਕਿਨ ਇਹ ਹਰ ਲੈਵਲ ਤੇ ਆ ਕੇ ਵਕਰੀਆਂ ਵਕਰੀਆਂ ਜਿਹੜੀਆਂ ਪੰਥਕਸਰਾ ਹੈ ਉਹ ਉੱਠ ਰਹੀਆਂ ਸੋ ਉਸ ਕੰਟੈਕਸਟ ਦੇ ਵਿੱਚ ਜਿਹੜੀ ਇਹਨਾਂ ਦੀ ਐਫਰਟ ਹੈ ਆਪਣੇ ਇਹ ਭਾਜਪਾ ਨਾਲ ਅਲਾਈਅੰਸ ਦੀ ਇਹਨਾਂ ਦੇ ਖਾਸ਼ ਹੈ ਵੀ ਸਾਡੇ ਭਾਜਪਾ ਨਾਲ ਅਲਾਈਸ ਹੋ ਗਿਆ ਖਾਸ਼ ਆਪਣੀ ਸਾਥੇ ਹੁੰਦੀ ਹੈ ਅਲਾਈਸ ਤੋਈ ਇਹਨਾਂ ਨੇ ਸੀ ਭਾਜਪਾ ਨੇ ਅਲਾਈਸ ਨਹੀਂ ਤੋੜੀ ਜਿਹੜੀ 1996 ਤੋਂ ਅਲਾਈਸ ਚੱਲ ਰਹੀ ਸੀ 20 ਵਿੱਚ ਆ ਕੇ ਕਿਸਾਨੀ ਸੰਘਰਸ਼ ਦੇ ਵੇਲੇ ਇਹਨਾਂ ਨੂੰ ਤੋੜਨੀ ਪਈ ਜਦ ਕਿ ਪਹਿਲਾਂ ਤਾਂ ਸਾਰੇ ਟੱਬਰ ਨੇ ਬਾਦਲ ਪਰਿਵਾਰ ਨੇ ਆਊਟ ਆਫ ਦੀ ਵੇਜ ਆ ਕੇ ਕਿਸਾਨੀ ਬਿੱਲ ਸਾਰੇ ਸਪੋਰਟ ਕੀਤੇ ਸੀਗੇ ਬਾਦਲ ਸਾਹਿਬ ਦੇ ਵੀ ਵੀਡੀਓ ਪਾਈ ਅਲਟੀਮੇਟਲੀ ਫਿਰ ਵੀ ਅਲਾਈਸ ਤੋੜਨੀ ਪਈ ਸੋ ਸਾਰੇ ਇਸ਼ੂ ਸਾਰੇ ਹੈਗੇ ਆ ਜਿਹੜੀਆਂ ਗਲਤੀਆਂ ਹੋ ਜਾਂ ਵੀ ਐ ਬਰਗਾੜੀ ਲੈ ਲਓ ਤੁਸੀਂ ਕਿਸਾਨੀ ਲੈ ਲਓ ਤੁਸੀਂ ਭਾਈ ਕੌਂਕ ਦਾ ਮਾਮਲਾ ਇਹਨਾਂ ਨੇ ਇਹ ਆਪਣੇ ਆਪ ਹੀ ਆਪਣੇ ਗਲ ਪਾ ਲਿਆ ਜੀ ਤੇ ਜੇ ਕਰਨ ਦੇ ਵੀ ਅਸੀਂ ਜਿਹੜਾ ਹੁਣ ਇਹਨਾਂ ਨੇ ਐਫ ਆਈ ਆਰ ਦਰਜ ਕਰਾਇਆ ਤਾਂ ਗਲਤਾਈ ਇੰਨੀ ਕੀ ਸੀ ਉਸ ਵੇਲੇ ਨਹੀਂ ਕਰਾਇਆ ਬਾਦਲ ਸਾਹਿਬ ਨੇ ਇਹ ਰਿਪੋਰਟ ਰਿਲੀਜ਼ ਕੀਤੀ ਤੇ ਜਦ ਕੇ ਉਹਦੇ ਬੜਾ ਕਲੀਅਰ ਕੱਟ ਰეკਮੈਂਡੇਸ਼ਨ ਹੈ ਸੋ ਇਹ ਅਈ ਦੇ ਡੇਟ ਦੇ ਵਿੱਚ ਤੁਸੀਂ ਜਿਹੜੀ ਗੱਲ ਕੀਤੀ ਕਿ ਇਹਨਾਂ ਨੂੰ ਟਾਈਮ ਨਹੀਂ ਮਿਲ ਰਿਹਾ ਜੀ ਇਹ ਬੜੀ ਅਜੀਬ ਗੱਲ ਹੈ ਦੇਖੋ ਜਿਹਦੇ ਨਾਲ ਤੁਹਾਡਾ ਨਵਾਂ ਆਧਾਰ ਇਸਤਰੀਆ ਹੋਵੇ ਤੇ ਦੋ ਦਿਹਾਗਾਂ ਤੋਂ ਬਾਅਦ ਅਲਾਈਅੰਸ ਰਹੀ ਹੋਵੇ ਉਹ ਪਾਰਟੀ ਇਹਨਾਂ ਨੂੰ ਇੱਕ ਇਹਨਾਂ ਦੇ ਸੈਂਸਿਟਿਵ ਇਸ਼ੂ ਤੇ ਟਾਈਮ ਨਾ ਦੇ ਸਕੇ ਦੇਰੀ ਹੋਵੇ ਤੇ ਇਹਦਾ ਮਤਲਬ ਅਲਾਈਅੰਸ ਨਹੀਂ ਹੋ ਰਹੀ ਅਲਾਈਅੰਸ ਦੇ ਹੁਣ ਇਨੀਸ਼ੀਏਟਿਵ ਅਕਾਲੀ ਦਲ ਕੋਲ ਨਹੀਂ ਹੈ ਅਲਾਈਅੰਸ ਤਾਂ ਇਹ ਛੋਟੇ ਭਾਜੀਪੀ ਕੋਲ ਹੈ ਦੋ ਸਿਚੁਏਸ਼ਨ ਇਨ ਬਰੀਫ ਹੈ ਜੀ ਸਰਦਾਰ ਹਮੀਦ ਸਿੰਘ ਜੀ નો ਡਾਊਟ ਕਿ ਐਸ ਵੇਲੇ ਸਥਿਤੀ ਅਜੀਬੋ ਗਰੀਬ ਬਣੀ ਹੋਈ ਹੈ ਅੱਜ ਮਾਇਆਬਤੀ ਕੁਮਾਰੀ ਮਾਇਆਬਤੀ ਜਦੋਂ ਆਪਣੇ ਪੱਤੇ ਖੋਲ ਰਹੇ ਸੀਗੇ ਔਰ ਗੱਠ ਜੋੜਾ ਨੂੰ ਲੈ ਕੇ ਉਹ ਸਾਫ਼ ਕਰ ਦਿੰਦੇ ਕਿ ਅਸੀਂ ਕਿਸੇ ਨਾਲ ਨਹੀਂ ਜਾਣਾ ਕੱਲਿਆਂ ਜਾਣਾ ਤਾਂ ਪੰਜਾਬ ਚ ਰੌਲਾ ਪੈਂਦਾ ਹੈ ਕਿ ਕੀ ਅਕਾਲੀ ਦਲ ਨਾਲੋਂ ਵੀ ਉਹ ਵੱਖਰੇ ਚੱਲਣਗੇ ਇਸ ਸੰਦਰਭ ਵਿੱਚ ਮੈਂ ਜਦੋਂ ਜਸਬੀਰ ਸਿੰਘ ਗੜੀ प्रदेश ਪ੍ਰਧਾਨ ਨਾਲ رابطہ ਕੀਤਾ ਤਾਂ ਉਹਨਾਂ ਦਾ ਮੈਸੇਜ ਮਿਲਿਆ ਕਿ ਤੁਸੀਂ ਇਸ ਸੰਦਰਭ ਦੇ ਵਿੱਚ ਰਣਧੀਰ ਮੈਨੀਵਾਲ ਨਾਲ ਗੱਲ ਕਰੋ ਜਿਹੜੇ ਇੰਚਾਰਜ ਨੇ ਪੰਜਾਬ ਮਾਮਲਿਆਂ ਦੇ ਉਹੀ ਕੁਝ ਕਹਿ ਸਕਣਗੇ ਮੈਂ ਉਹਨਾਂ ਨਾਲ ਗੱਲ ਕੀਤੀ ਤੇ ਉਹ ਕਹਿਣ ਲੱਗੇ ਕਿ ਸਾਡਾ ਜਿਹੜਾ ਗੱਠਜੋੜ ਆ ਉਹ ਕੰਟੀਨਿਊ ਕਰ ਰਿਹਾ ਅਸੀਂ ਅਕਾਲੀ ਦਲ ਦੇ ਨਾਲ ਆਕਾਲੀ ਦਲ ਤੋੜਨਾ ਚਾਹਵੇ ਤਾਂ ਉਹ ਤੋੜ ਸਕਦਾ ਜਦੋਂ ਤੱਕ ਅਕਾਲੀ ਦਲ ਨਹੀਂ ਤੋੜਦਾ ਅਸੀਂ ਉਹਨਾਂ ਦੇ ਨਾਲ ਅਕਾਲੀ ਦਲ ਤੇ ਇਤਿਹਾਸ ਵਿੱਚ ਇਹ ਗੱਠਜੋੜ ਟੁੱਟਿਆ ਇੱਕ ਵਾਰੀ ਆਪਣੇ ਆਪ ਕਾਲੀ ਦਲ ਨੇ ਤੋੜਿਆ ਜਦੋਂ ਕਿ ਜੇਤੂ ਜੇਤੂ ਆਇਆ ਸੀ ਇਹ ਗੱਠਜੋੜ ਪਾਰਲੀਮਨੀ ਚੋਣ ਚ ਸੋ ਇੱਕ ਤਾਂ ਸਿਚੁਏਸ਼ਨ ਇਹ ਥੋੜੀ ਜੀ ਕਲੀਅਰ ਕਰ ਦਿਓ ਦੂਜੀ ਗੱਲ ਜਦੋਂ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਗੱਠਜੋੜ ਦਾ ਰੌਲਾ ਔਰ ਖਾਸ ਤੌਰ ਤੇ ਪੰਜਾਬ ਵੱਲੋਂ ਚੁੱਕ ਵਟ ਲਈ ਗਈ ਆ ਔਰ ਕੇਜਰੀਵਾਲ ਦਾ ਜਾ ਕੇ ਖੜਗੇ ਸਾਹਿਬ ਨੂੰ ਮਿਲਣਾ ਤੇ ਦਿੱਲੀ ਹਰਿਆਣਾ ਗੁਜਰਾਤ ਸਬੰਧੀ ਗੱਲਾਂ ਬਾਤਾਂ ਦਾ ਅੱਗੇ ਵਧਣਾ ਪੰਜਾਬ ਪਰੇਚ ਸ਼ਾਂਤੀ ਖਮੋਸ਼ੀ ਧਾਰਨ ਕਰ ਜਾਣਾ ਲੇਕਿਨ ਚੰਡੀਗੜ੍ਹ ਦੇ ਵਿੱਚ ਸਮਝੌਤਾ ਹੋ ਜਾਣਾ ਸੀਟ ਵੰਡ ਨੂੰ ਲੈ ਕੇ ਲੋਕ ਔਰ ਦੋਵੇਂ ਪਾਰਟੀਆਂ ਦੇ ਆਗੂ ਮੇਰੇ ਕੋਲ ਜਿਹੜੀ ਸੋਚਨਾ ਹੋ ਵੀ ਹੈ ਕਿ ਜਿਹੜੇ ਸਿਟਿੰਗ ਐਮਪੀ ਆ ਉਹ ਤਾਂ ਆਪਣੀ ਹਾਈ ਕਮਾਂਡ ਨੂੰ ਮੂੰਹ ਮੂੰਹ ਕਹੀ ਜਾਂਦੇ ਆ ਕਿ ਜੇ ਜਿੱਤਣਾ ਚਾਹੁੰਦੇ ਆ ਤਾਂ ਫਿਰ ਇਕੱਠ ਜੋੜ ਕਰ ਲਓ ਜੀ ਸੋ ਇਹ ਇਸ ਸਿਚੁਏਸ਼ਨ ਨੂੰ ਇੱਕ ਵਾਰੀ ਲੋਕ ਸਭਾ ਚੋਣ ਦੇ ਸੰਦਰਭ ਵਿੱਚ ਵੀ ਅੱਗੇ ਵਧਾ ਦਿਓ ਇਕ ਤਾਂ ਅਕਾਲੀ ਜਤੇ ਬੀਐਸਪੀ ਦੇ ਲਾਂਚ ਤਾਂ ਮੈਨੂੰ ਇਹੀ ਲੱਗਦਾ ਕਿ ਠੀਕ ਹੈ ਅਕਾਲੀ ਦਲ ਦਾ ਇੱਕ ਮਜਾਜ ਬਣਿਆ ਹੋਇਆ ਕਿ ਬੀਐਸਪੀ ਛੋਟੀ ਨਾ ਕਰੋ ਔਰ ਜਦੋਂ ਗੜੀ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਹਿ ਦਿੱਤਾ ਸੀਗਾ ਵੀ ਸਾਡੇ ਤਾਂ ਤਾਲਵੇਲੇ ਕੋਈ ਨਹੀਂ ਇੰਨੇ ਸਮੇਂ ਤੋਂ ਮਤਲਬ ਵੈਸੇ ਹੀ ਹੈ ਉਹ ਚੱਲ ਰਿਹਾ ਗੱਠ ਜੋੜਤਾ ਕਾਹਦਾ ਗੱਠ ਜੋੜ ਅਸੀਂ ਜਲੰਧਰ ਤੇ ਹੁਸ਼ਿਆਰਪੁਰ ਤਾਂ ਲੜਾਂਗੇ ਜੇਕਰ ਫਿਰ ਵੀ ਉਹ ਗੱਲ ਕੀਤੀ ਉਦੋਂ ਤੋਂ ਫਿਰ ਇਹਨਾਂ ਨੇ ਥੋੜਾ ਜਾ ਇੱਕ ਪਰਿਕਿਆ ਸ਼ੁਰੂ ਕੀਤੀ ਡਾਕਟਰ ਚੀਮੇ ਨੇ ਸੰਪਰਕ ਕੀਤਾ ਹਰਸ਼ਮਰ ਕੌਰ ਬਾਦਲ ਨੇ ਬਿਆਨ ਦਿੱਤਾ ਡਿਫਰੈਂਟ ਟਾਈਪ ਦਾ ਇੱਕ ਡੈਮੇਜ ਕੰਟਰੋਲ ਜਿਹੜਾ ਇੱਕ ਲੈਵਲ ਦਾ ਸ਼ੁਰੂ ਕੀਤਾ ਵੀ ਨਹੀਂ ਤੁਸੀਂ ਨਾਲੇ ਜੇ ਤਾਂ ਭਾਜਪਾ ਤੇ ਅਕਾਲੀ ਦਲ ਦਾ ਅਲਾਈਂਸ ਕੋਈ ਇਨਕੀਸ਼ਨ ਬਣ ਗਿਆ ਫਿਰ ਤਾਂ ਉਹ ਸ਼ਾਇਦ ਬਸ ਪਾਤੋਂ ਆਖਾ ਮੇਜ ਲੈਣ ਨਹੀਂ ਤਾਂ ਅਕਾਲੀ ਦਲ ਦਾ ਜਿਹੜਾ ਅੰਦਰ ਡਿਸਕਸ਼ਨ ਕੋਰ ਕਮੇਟੀ ਚਲਦੀ ਆ ਵੀ ਜੇਕਰ ਉੱਥੇ ਨਹੀਂ ਹੁੰਦਾ ਤਾਂ ਤੁਸੀਂ ਨਾ ਕੇਵਲ ਵੀਐਸਪੀ ਹੋਰ ਵੀ ਛੋਟੇ-ਵੋਟੇ ਗਰੁੱਪ ਚਾਹੇ ਖੱਬੇ ਪੱਖੀ ਦੇ ਚਾਹੇ ਜਿਹੜੇ ਮਰਜੀ ਨੂੰ ਉਹਨਾਂ ਨਾਲ ਵੀ ਤਾਲਮੇਲ ਕਰੋ ਕਿਸ ਤਰ੍ਹਾਂ ਕਿਤੇ ਕੋਈ ਗਰੁੱਪ ਦਿਖਾਈ ਦੇਣਾ ਚਾਹੀਦਾ ਜਿਹੜਾ ਤਾਲਮੇਲ ਦੇ ਤੌਰ ਤੇ ਆਉਂਦਾ ਹੈ ਰਣਨੀਤੀ ਤਾਂ ਇਸ ਪਾਸੇ ਜਾ ਰਹੀ ਹੈ ਪਰ ਹਾਲਾਤ ਕਈ ਵਾਰ ਉਸ ਪਾਸੇ ਜਾਂਦੇ ਨੇ ਨਹੀਂ ਜਾਂਦੇ ਉਹ ਇੱਕ ਅਲੱਗ ਪਹਿਲੂ ਹੈ ਹਾਲਾਤ ਤਾਂ ਤੁਸੀਂ ਦੇ ਕੋਈ ਦੋ ਉਲਟ ਬਲ ਕੇ ਖੜੇ ਹੋ ਰਹੇ ਨੇ ਔਰ ਜਿਹੜੇ ਪੰਥਕ ਮੁੱਦੇ ਵੀ ਨੇ ਈਵਨ ਪੰਜਾਬ ਦੇ ਮੁੱਦੇ ਨੇ ਇਹ ਤੇ ਪੰਥਕ ਸਹਿਮਤੀ ਜਾਂ ਮੁੱਦਿਆਂ ਦੀ ਹੋਣੀ ਇੱਕ ਹਮੇਸ਼ਾ ਹੀ ਇੱਥੇ ਸਟ੍ਰੀਮ ਐਂਟੀ ਬਾਦਰ ਰਹੀ ਹੈ ਦੂਸਰੀ ਹਮੇਸ਼ਾ ਹੀ ਸਟੈਬਲਸ ਆਪਣੇ ਤਰੀਕੇ ਨਾਲ ਚੱਲੀ ਹੈ ਇੱਥੇ ਕ੍ਰੀਏਟਿਵ ਅਜੰਡੇ ਤੇ ਪੰਜਾਬ ਦੇ ਪੱਖ ਚ ਜਾਂ ਪੰਥ ਦੇ ਪੱਖ ਚ ਕਿਹੜਾ ਅਜੰਡਾ ਹੋ ਸਕਦਾ ਨਾ ਉਹ ਸੋ ਕਾਲਡ ਜਿਹਨੂੰ ਅਸੀਂ ਪੰਥਕ ਤੇ ਰਾ ਕਹਿੰਦੇ ਆ ਉਹਨਾਂ ਕੋਲ ਕਿਹੜਾ ਅਜੰਡਾ ਸੀ ਕਿ ਅਲਟਰਨੇਟ ਕੱਲਾ ਬਾਦਲ ਵਿਰੋਧ ਨਾਲ ਤਾਂ ਕੰਮ ਨਹੀਂ ਚੱਲੂਗਾ ਨਾ ਪੰਜਾਬ ਜੇ ਪੰਥ ਨੇ ਖੜੇ ਹੋਣਾ ਤੇ ਉਹਦੇ ਕੋਲ ਇੱਕ ਨਾ ਕੇਵਲ ਅਜੰਡਾ ਚਾਹੀਦਾ ਹੈ ਮਰਕੇ ਤੁਹਾਡਾ ਕਿਰਦਾਰ ਜੋੜਿਆ ਜਿੰਮਿਆਂ ਨੇ ਬਾਈਬਲ ਕਲਾ ਦੇ ਮਾਮਲੇ 'ਚ ਧਰਨੇ ਲਾਏ ਮੋਰਚੇ ਲਾਏ ਉਹ ਮੋਰਚੇ ਉੱਠ ਗਏ ਉਸੇ ਸਿਸਟਮ ਦੇ ਨਾਲ ਵੱਖ-ਵੱਖ ਕਾਰਨਾ ਕਰਕੇ ਜਿਹੜੇ ਪਹਿਲਾਂ ਵੀ ਲਾਇਏ ਸੀ ਜਿਹੜੇ ਗਰੁੱਪਾਂ ਨੇ ਉਸੇ ਤਰ੍ਹਾਂ ਜਸਵੀਰ ਰੋਡੇ ਉਹਨਾਂ ਦੇ ਗਰੁੱਪ ਨੇ ਉਹ ਵੀ ਕਦੇ ਗੁਰਦੀਪ ਸਿੰਘ ਬਠਿੰਡਾ ਵਾਈਸ ਚੇਅਰਮੈਨ ਬਾਦਲ ਸਰਕਾਰ ਦੇ ਵਿੱਚ ਹੀ ਰਹੇ ਨੇ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਤੇ ਜਸਵੀਰ ਸਿੰਘ ਰੋਡੇ ਉਸੇ ਸਮੇਂ ਦੇ ਵਿੱਚ ਧਾਰਮਿਕ ਵਿਗ ਦੇ ਆਗੂ ਬੜਾ ਕੇ ਰੱਖੇ ਗਏ ਨੇ ਮਤਲਬ ਸਾਰੇ ਇੰਨਾ ਬਿਲਗੁਬ ਹੈ ਕਿ ਭਰੋਸਾ ਤੁਹਾਡੇ ਤੇ ਵੀ ਕਿਵੇਂ ਹੋਏਗਾ ਤੇ ਭਰੋਸਾ ਉਹਨਾਂ ਤੇ ਵੀ ਕਿਵੇਂ ਹੋਏਗਾ ਜਿਹੜਾ ਕਰੈਡੇਬਿਲਟੀ ਦਾ ਕੁਐਸਚਨ ਪੰਥ ਚ ਛਾਇਆ ਹੋਇਆ ਉਹ ਇਹ ਹੈ ਹੁਣ ਵੀ ਇਹੀ ਕਿਹਾ ਜਾ ਰਿਹਾ ਕਿ ਇੱਕ ਤਰ ਦਿੱਲੀ ਦੇ ਸਾਰੇ ਤੇ ਚਲੋਈ ਜਾਂ ਚਲ ਦਿੱਲੀ ਸੇ ਗੁਰਦੁਆਰਾ ਮਰ ਵਿੱਚ ਮੈਨੇਜਮੈਂਟ ਕਮੇਟੀ ਹੋਵੇ ਤੇ ਇੱਥੋਂ ਵਾਲੇ ਉੱਥੋਂ ਸਾਹ ਪਾੜਦੇ ਨੇ ਤੇ ਇੱਥੋਂ ਵਾਲੇ ਜਿਹੜੇ ਦੂਸਰਾ ਉਹ ਉਹਨਾਂ ਨਾਲ ਨੇਗੋਸ਼ੀਏਟ ਕਰਨ ਲਈ ਤਿਆਰ ਨਹੀਂ ਜਥੇਦਾਰ ਅਕਾਲ ਤਖਤ ਵੱਲੋਂ ਬੜਾਈ ਨਵਾਂ ਮੈਂਬਰੀ ਕਮੇਟੀ ਬਣਦੀ ਸਿੰਘਾਂ ਬਾਰੇ ਉਹ ਪਹਿਲੇ ਤੜਕ ਜਾਂਦੀ ਹੈ ਉਦੋਂ ਬਾਅਦ ਪੰਜ ਮੈਂਬਰੀ ਕਮੇਟੀ ਹਵਾ ਚ ਲਟਕ ਰਹੀ ਆ ਉਹਨੂੰ ਕੋਈ ਸਮਾਂ ਨਹੀਂ ਦੇ ਰਿਆ ਇੱਕ ਤਾਂ ਪੰਥ ਔਰ ਪੰਜਾਬ ਇਹ ਕੋਈ ਆਪਾ ਵਿਰੋਧੀ ਨਹੀਂ ਨੇ ਪਰ ਇਹਨਾਂ ਦਾ ਕੋਈ ਆਪਣਾ ਇੱਕ ਕਾਮਨ ਚੀਜ਼ ਹੈ ਜਿਹੜੀ ਇਹ ਕਹਿੰਦੇ ਹੁਣ ਕਿ ਅਸੀਂ ਗਵਰਨਮੈਂਟ ਆਫ ਇੰਡੀਆ ਨਾਲ ਟੇਕ ਅਪ ਕਰਨੀ ਹੈ ਜਾਂ ਸਾਡਾ ਭਵਿੱਖ ਸਾਂਝਾ ਹੈ ਇਧਰ ਇਹ ਨੈਰੇਟਿਵ ਤਾਂ ਸਿਰਜਣ ਲਈ ਕੋਈ ਤਿਆਰ ਨਹੀਂ ਹੈ ਮੇਰਾ ਕਹਿਣਾ ਇਹ ਬਹੁਤ ਖਤਰਨਾਕ ਪੰਜਾਬ ਔਰ ਪੰਥ ਦੋਨਾਂ ਦੇ ਫੇਵਰਚ ਨਹੀਂ ਹੈ ਗੱਲ ਜੇਕਰ ਇਧਰ ਨੂੰ ਜਾਂਦੀ ਹੈ ਔਰ ਜਿਹੜੀ ਗੱਲ ਦੂਜੇ ਪੱਖ ਤੋਂ ਹੈਗੀ ਆ ਇਹ ਕਿ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦੇ ਅਲਾਈਅੰਸ ਦੀ ਸਵਾਨ ਹੈ ਮੇਰਾ ਖਿਆਲ ਆ ਉਹ ਅਲਾਈਅੰਸ ਹੋਈ ਜਾਣਾ ਇਹ ਨੈਸ਼ਨਲ ਲੈਵਲ ਤੇ ਹੀ ਹੋਣਾ ਹੈ ਲੋਕਲ ਕਾਂਗਰਸੀ ਕੀ ਕਹਿੰਦੇ ਨੇ ਇਹ ਚੱਲਦਾ ਰਹਿੰਦਾ ਹੈ ਰਣਨੀਤੀ ਉਦੋਂ ਤੱਕ ਪ੍ਰਿੰਸੀਪਲੀ ਸਾਰੇ ਕਹਿ ਚੁੱਕੇ ਨੇ ਉੱਪਰਲੇ ਵੱਡੇ ਲੀਡਰ ਦੋਨਾਂ ਪਾਰਟੀਆਂ ਦੇ ਕਿ ਸੀਟ ਸ਼ੇਰਿੰਗ ਦਾ ਥੋੜਾ ਜਿਹਾ ਮਾਮਲਾ ਹੁਣ ਸ਼ੇਰਿੰਗ ਵੀ ਹੋਣ ਲੱਗ ਗਈ ਆ ਤੁਸੀਂ ਚੰਡੀਗੜ੍ਹ ਤੋਂ ਤਾਂ ਸ਼ੁਰੂ ਹੋ ਹੀ ਗਿਆ ਕੰਮ ਜੇਕਰ ਆਪਾਂ ਚੰਡੀਗੜ੍ਹ ਤੋਂ ਮੰਨ ਲਈਏ ਤੇ ਮੇਅਰ ਜਿਹੜਾ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਜ਼ਿਆਦਾ ਐਮਸੀ ਜਿੱਤੇ ਨੇ ਕਾਂਗਰਸ ਨਾਲ ਉਹਦਾ ਮੇਅਰ ਤੇ ਕਾਂਗਰਸ ਦੇ ਸੀਨੀਅਰ ਜਿਹੜਾ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੋ ਉਹਨਾਂ ਦੇ ਹੋਣਗੇ ਤੇ ਇੱਕ ਉਹਦਾ ਹੋਏਗਾ ਆਪ ਸਰਦਾਰ ਜੀ ਸਮਝਉਤਾ ਹੋ ਗਿਆ ਤੇ ਜੇ ਚੰਡੀਗੜ੍ਹ ਚ ਹੋ ਗਿਆ ਫਿਰ ਇਸ ਤਰੀਕੇ ਦਾ ਤਾਂ ਇੱਥੇ ਉਹਨਾਂ ਨੂੰ ਨਹੀਂ ਲੱਗਦਾ ਤਾਂ ਇਹਦਾ ਮਤਲਬ ਪੰਜਾਬ ਵਾਲੇ ਪਾਸੇ ਵੀ ਸ਼ਾਇਦ ਚਲਾ ਜਾਊਗਾ ਇਹ ਠੀਕ ਹੈ ਕਿ ਕਾਂਗਰਸ ਦੀ ਲੋਕਲ ਲੀਡਰਸ਼ਿਪ ਨੂੰ ਇੱਕ ਹਿੱਸੇ ਨੂੰ ਇਹ ਲੱਗਦਾ ਕਿ ਸਾਡਾ ਡੈਮੇਜ ਜ਼ਿਆਦਾ ਹੋ ਜਾਏਗਾ ਕਿਉਂਕਿ ਦੋ ਨਹੀਂ ਦੋ ਹੀ ਪਾਰਟੀਆਂ ਨੇ ਮੇਨਲੀ ਇੱਕ ਸਤਾਤਾਰੀ ਤੇ ਇੱਕ ਮੇਨ ਤੁਸੀਂ ਮੇਨ ਆਪੋਜੀਸ਼ਨ ਜਦੋਂ ਦੋਨੋਂ ਮਿਲਦਿਆਂ ਨੇ ਤਾਂ ਕਿਤੇ ਨਾ ਕਿਤੇ ਕੋਈ ਲਾਸ ਵੀ ਹੁੰਦਾ ਜਿੱਥੇ ਫਾਇਦਾ ਹੁੰਦਾ ਜੇ ਨੈਸ਼ਨਲ ਲੈਵਲ ਤੇ ਜੁੜੀ ਟੱਕਰ ਦੇਣੀ ਆ ਤਾਂ ਉਹ ਐਂਗਲ ਸੋਚਣਾ ਪੈਂਦਾ ਜੇਕਰ ਸਟੇਟ ਲੈਵਲ ਤੇ ਕੋਈ ਗੱਲ ਕਰਨੀ ਆ ਤਾਂ ਇਸ ਪੱਧਰ ਦੇ ਉੱਤੇ ਜਾਂਦੇ ਨੇ ਪਰ ਨਾਰਮਲੀ ਜਿਹੜੀ ਮੇਰੀ ਇਨਫਾਰਮੇਸ਼ਨ ਉਹ ਇਹ ਸੀਗੀ ਕਿ ਜਦੋਂ ਇਹਨਾਂ ਨੂੰ ਪੁੱਛਿਆ ਗਿਆ 30 32 ਕਾਂਗਰਸ ਜੀ ਨੂੰ ਉੱਥੇ ਜਦੋਂ ਰਾਹੁਲ ਗਾਂਧੀ ਤੇ ਖੜਗੇ ਸਾਹਿਬ ਨੇ ਇਕੱਠੇ ਪੁੱਛਿਆ ਸੀ ਵੀ ਤੁਸੀਂ ਮਤਲਬ ਸਮਝੌਤਾ ਕਿੰਨੇ ਨਹੀਂ ਚਾਹੁੰਦੇ ਤਾਂ ਸੱਤ ਬੰਦਿਆਂ ਦੇ ਹੱਥ ਖੜੇ ਹੋਏ ਸੀ ਸਭ ਦੇ ਸਾਹਮਣੇ ਤੇ ਉਸ ਤੋਂ ਬਾਅਦ ਜਦੋਂ ਪੁੱਛਿਆ ਗਿਆ ਜਿਹੜੇ ਚਾਹੁੰਦੇ ਨੇ ਤਾਂ ਕਿਸੇ ਦਾ ਹੱਥ ਕੜਾ ਨਹੀਂ ਹੋਇਆ ਇਹਦਾ ਮਤਲਬ ਬੱਤੀਆਂ 'ਚੋਂ ਜਿਹੜੇ ਮੈਜੋਰਟੀ ਲੋ ਤਾਂ ਕਹਿੰਦੇ ਨੇ ਜਿਵੇਂ ਮਾਈ ਬਾਪ ਤੁਸੀਂ ਕਰੋਗੇ ਆਪਾਂ ਉਵੇਂ ਹੀ ਆਪਾਂ ਕਿਧਰੇ ਵੀ ਹੈ ਨਹੀਂ ਹਾਂ ਤੇ ਪਾਰਟੀਆਂ 'ਚ ਕਲਚਰ ਤਾਂ ਇਹ ਹੈ ਤੇ ਅੱਗੇ ਪਿੱਛੇ ਜੋ ਮਰਜ਼ੀ ਗੱਲ ਹੋਈ ਜਾਵੇ ਜੋ ਮਰਜ਼ੀ ਦਾਵੇਦਾਰੀ ਕਰੀ ਜਾਓ ਵੱਡੇ-ਵੱਡਿਆਂ ਦੀ ਬੋਲਤੀ ਬੰਦ ਹੋ ਜਾਂਦੀ ਹੈ ਕਮਰੇ ਦੇ ਅੰਦਰ ਜਦੋਂ ਬੌਸ ਮੈਂਡਦੇ ਤੇ ਇਸ ਕਰਕੇ ਸਮਝੌਤਾ ਹੋ ਜਾਣਾ ਉੱਪਰਲੇ ਉਹਨਾਂ ਦੇ ਨਾਲ ਹੀ ਹੋਣਾ ਹੈ ਜਦੋਂ ਵੀ ਉਹਨਾਂ ਨੇ ਕੀਤਾ ਇੱਕ ਸੀਟ ਵੱਧ ਘੱਟ ਕੋਈ ਕ ਲੱਗਦਾ ਕਿਉਂਕਿ ਕਾਂਗਰਸ ਨੂੰ ਇਹ ਲੱਗਦਾ ਹੈ ਬਾਕੀਆਂ ਨੂੰ ਵੀ ਇਹ ਲੱਗਦਾ ਹੈ ਕਿ ਜੇ ਜੁਆਇਨਟ ਹੋ ਕੇ ਨਾ ਲੜਿਆ ਗਿਆ ਠੀਕ ਤਰੀਕੇ ਦੇ ਨਾਲ ਤਾਂ ਇਹਦੇ ਨਾਲ ਓਵਰ ਆਲ ਇੱਕ ਇਮੇਜ ਨਹੀਂ ਜਾਣਾ ਜੇ ਉੱਥੇ ਉੱਤੇ ਮਤਲਬ ਚਾਰ ਸਟੇਟਾਂ ਤੁਹਾਡੀਆਂ ਇਧਰ ਉਧਰ ਹੋ ਜਾਂਦੀਆਂ ਨੇ ਜਿੱਥੇ ਕ੍ਰੂਸ਼ਲ ਨੇ ਜਿੱਥੇ ਤੁਹਾਡਾ ਨਹੀਂ ਹੋ ਰਿਹਾ ਅਗਲਾ ਕਹਿੰਦਾ ਖਿੰਡ ਗਿਆ ਜੀ ਖਿੰਡ ਗਿਆ ਬੀਜੇਪੀ ਕੋਲ ਇੰਨਾ ਜ਼ਿਆਦਾ ਨੈਰੇਟਿਵ ਲੋਕਾਂ ਤੋਂ ਸੋਟੜਦਾ মিডিਆ ਪੈਸਾ ਸਾਰਾ ਕੁਝ ਉਹ ਚੇਂਜ ਕਰ ਦਿੰਦੀ ਆ ਉਹਨੂੰ ਤੁਹਾਡਾ ਇਮੇਜ ਬਦਲ ਜਾਂਦਾ ਚਾਹੇ ਤੁਸੀਂ ਠੀਕ ਵੀ ਕਰ ਰਹੇ ਹੋ ਇਸ ਕਰਕੇ ਇਹ ਗੱਲ ਨੂੰ ਵੀ ਦੇਖਣਾ ਪੈਂਦਾ ਕਈ ਵਾਰ ਕਿ ਬ੍ਰਿਕਾਦੋ ਕਾ ਸੀਟਾਂ ਬੰਦ ਘਟ ਜਾ ਤੁਹਾਡਾ ਨੁਕਸਾਨ ਦਾ ਸਵਾਲ ਨਹੀਂ ਉਹ ਨੈਰੇਟਿਵ ਜਿਹੜਾ ਉਹ ਬੁਣ ਦੇਣਗੇ ਉਹਨੂੰ ਕਾਉਂਟਰ ਤੁਸੀਂ ਕਿਵੇਂ ਕਰ ਸਕਦੇ ਹੋ ਉਹ ਬਹੁਤ ਬੜਾ ਕੁਐਸਚਨ ਹੈ ਇਹਨਾਂ ਦੇ ਸਾਹਮਣੇ ਆਂ ਇੰਡੀਆ ਦੇ ਸਾਹਮਣੇ ਆ ਇੰਡੀਆ ਆਲਾਈਂਸ ਦੇ ਸਾਹਮਣੇ ਖੜਾ ਹੋਇਆ ਮੋٹے ਤੌਰ ਤੇ ਫੁੱਲਾਂ ਦਾ ਆਦਾਨ ਪ੍ਰਦਾਨ ਚਿਹਰਿਆਂ ਦੀ ਮੁਸਕਾਨ ਹੱਥ ਕੁੱਟਣੀਆਂ ਗਲਵੱਕੜੀਆਂ ਇਹ ਦਰਸਾਉਂਦੀਆਂ ਨੇ ਵੀ ਗੱਲ ਹੋ ਚੁੱਕੀ ਆ ਵੈਸੇ ਸਰਦਾਰ ਜਗਤਾਰ ਸਿੰਘ ਜੀ ਇੱਕ ਛੋਟੀ ਜਿਹੀ ਟਿੱਪਣੀ ਮੈਂ ਤੁਹਾਡੇ ਕੋਲ ਇਸ ਮਾਮਲੇ ਵਿੱਚ ਲੈਣੀ ਆ ਲੜਾਈ ਤਾਂ ਸ਼ੁਰੂ ਹੋਗੀ ਦੀਪੀ ਹਰਸਮਰਤ ਕੋਰ ਬਾਦਲ ਨੇ ਮੁਖਸਰ ਸਾਹਿਬ ਦੇ ਵਿੱਚ ਕਿਹਾ ਕਿ ਸਾਡੀ ਤਕੜੀ ਬਾਬੇ ਨਾਨਕ ਦੀ ਤਕੜੀ ਹੈ ਤੇਰਾ ਤੇਰਾ ਤੋਲਦੀ ਹੈ ਮਤਲਬ ਤੇਹੀ ਸੀਗਾ ਉਹਨਾਂ ਦਾ ਕਹਿਣ ਦਾ ਇਧਰਲੇ ਬੰਨੇ ਰਵਨੀਤ ਬਿੱਟੂ ਸ਼ਬਾਇਸ਼ਲ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਆ ਗਏ ਵੀਡੀਓ ਦੇ ਵਿੱਚ ਉਹ ਕਹਿੰਦੇ ਨਾ ਇਹ ਕਿੱਦਾਂ ਤਕੜੀ ਹੋਈ ਸੀ ਬਾਬੇ ਨਾਨਕ ਦੀ ਤਕੜੀ ਨਹੀਂ ਇਹ ਤਾਂ ਨਸ਼ਾ ਤੋਲਣ ਵਾਲੀ ਤਕੜੀ ਅੱਜ ਸੁਖਜਿੰਦਰ ਸਿੰਘ ਲਾਹਵਾਸ ਤੇ ਹੋ ਗਏ ਕਹਿੰਦੇ ਜੀ ਇਹ ਤਾਂ ਗੱਲ ਹੀ ਗਲਤ ਹੈ ਹਾਲਾਂਕਿ ਅਕਾਲੀ ਦਲ ਨੇ ਜ਼ੋਰਦਾਰ ਤਰੀਕੇ ਨਾਲ ਕਿਹਾ ਜਦੋਂ ਉਹਨਾਂ ਨੇ ਕਿਹਾ ਜੀ ਜੋਗਰ ਮਨੀਤ ਬਿੱਟੂ ਕਹਿੰਦੇ ਕਿ ਜੇ ਤੁਹਾਡੀ ਬਾਬੇ ਨਾਨਕ ਦੀ ਤਕੜੀ ਤੇ ਫਿਰ ਸਾਡਾ ਬਾਬੇ ਨਾਨਕ ਦਾ ਪੰਜਾ ਨਹੀਂ ਬਾਬਾ ਨਾਨਕ ਵੀ ਸੋਚਦੇ ਹੋਣੇ ਆ ਵੀ ਕਮਲਿਓ ਉਹ ਹੁਣ ਮੇਰੇ ਮੈਨੂੰ ਵਿੱਚ ਫਸਾ ਕੇ ਗੱਲ ਕਰਨੀ ਮੈਂ ਤਾਂ ਵਿਚਾਰ ਨਾਲ ਜੁੜਿਆ ਸ਼ਬਦ ਨਾਲ ਜੁੜਿਆ ਥਾਟ ਪ੍ਰੋਸੈਸ ਨਾਲ ਜੁੜਿਆ ਉਹ ਤਾਂ ਤੁਹਾਡੇ ਕੋਲ ਹੈ ਕਿਸੇ ਕੋਲ ਨਹੀਂ ਮੈਂ ਇਹ ਤੁਹਾਡੇ ਤੋਂ ਸਮਝਣਾ ਚਾਹੁੰਦਾ ਹੈ ਕਿ ਲੜਾਈ ਤਾਂ ਲਗਭਗ ਅਕਾਲੀ ਦਲ ਬਨਾਮ ਬਾਕੀ ਧੜੇ ਹੋਗੀ ਜਾਂ ਇੱਕ ਵਾਰੀ ਫਿਰ ਤੋਂ ਗੱਠਜੋੜ ਬਨਾਮ ਗੱਠਜੋੜ ਵੱਲ ਵੱਧ ਰਹੀ ਹੈ ਔਰ ਇਹਦੇ ਵਿੱਚ ਗੱਠਜੋੜ ਨੂੰ ਕਿੰਨੀਆਂ ਸੀਟਾਂ ਆਉਂਦੀਆਂ ਕਿਹੜੇ ਨੂੰ ਵੱਖਰੀ ਗੱਲ ਆ ਅਕਾਲੀ ਬੀਜੇਪੀ ਬਸਪਾ ਜੇ ਇਕੱਠੀ ਹੋ ਜਾਂਦੀ ਹੈ ਤਾਂ ਪਰਫਾਰਮੈਂਸ ਉਹਨਾਂ ਦੀ ਬਿਹਤਰ ਰਹਿਣੀ ਹੈ ਜੇ ਸੱਦੇ ਮੁਕਾਬਲੇ ਹੋਣਗੇ ਜੀ ਇਹ ਤਾਂ ਬੜਾ ਸਾਫ਼ ਜਿਹਾ ਸੰਕੇਤ ਹੁੰਦਾ ਸੀਟਾਂ ਕਿੰਨੀਆਂ ਆਉਣ ਵੱਖਰੀ ਗੱਲ ਪ੍ਰਤੀਸ਼ਤ ਤਾ ਦੇ ਨਜ਼ਰੀਏ ਤੋਂ ਮੈਂ ਗੱਲ ਕਰ ਰਹੇ ਮੈਂ ਪਹਿਲਾਂ ਤਾਂ ਮੈਂ ਥੋੜੀ ਜਿਹੀ ਗੱਲ ਕਰ ਦਿਆ ਤੁਹਾਡੇ ਆਪ ਤੇ ਕਾਂਗਰਸ ਦੀ ਜਿਹੜੀ ਪੰਜਾਬ ਦੇ ਕਾਂਗਰਸ ਲੀਡਰ ਲੀਡਰ ਹੈਗੇ ਆ ਇਹ ਗੱਲ ਕਰ ਦਿਆ ਸਿਰਫ ਆਪਣੇ ਫਿਊਚਰ ਦੀ ਵੀ ਜੇ ਲੋਕ ਸਭਾ ਸਾਡੇ ਅਲਾਈਅੰਸ ਹੋ ਗਈ ਤੇ ਸਾਡਾ ਨੁਕਸਾਨ ਹੋ ਜਾਣਾ ਜੀ। ਨੈਸ਼ਨਲ ਲੈਵਲ ਤੇ ਜਿਹੜਾ ਏਜੰਡਾ ਹੈ ਉਹ ਹੈ ਬੀਜੇਪੀ ਨੂੰ ਕਾਊਂਟਰ ਕਰਦਾ। ਬੀਜੇਪੀ ਵੀ ਛੱਡੋ ਦਰਦਰ ਮੋਦੀ ਨੂੰ ਕਾਊਂਟਰ ਕਰਦਾ। ਵੀ ਇੱਕ ਹੀ ਸੀਟ ਤੇ ਲੜਾਈ ਇਕੱਠੇ ਹੋ ਕੇ ਲੜਨੀ ਹੈ ਜਿੰਨਾ ਵੱਧ-ਵੱਧ ਹੋ ਸਕੇ। ਸੋ ਉਹ ਇਸ਼ੂ ਵੱਡਾ ਹੈ। ਸੋ ਉਸ ਕੰਟੈਕਸਟ ਦੇ ਵਿੱਚ ਇਹ ਅਲਾਈਅੰਸ ਹੋਣੀ ਹੈ ਤੇ ਜੇ ਮੋਦੀ ਜੀ ਇੱਕ ਵਾਰੀ ਦੁਬਾਰਾ ਆ ਜਾਂਦੇ ਫਿਰ ਤਾਂ ਸ਼ਾਇਦ ਜਿਹੜੇ ਇਹ ਸਿਚੁਏਸ਼ਨ ਹੈ ਸਾਰੇ ਸਿਆਸਤ ਦੀ ਜਿਹੜੀ ਇਹ ਪੰਜਾਬ ਦੇ ਕਾਂਗਰਸੀ ਗੱਲ ਕਰਦੇ ਇਹਨਾਂ ਨੂੰ ਕਰਨ ਦਾ ਕੋਈ ਬਹੁਤਾ ਮੌਕਾ ਹੀ ਨਾ ਮਿਲੇ ਹਾਲ ਤਾਂ ਹੀ ਬਦਲ ਜਾਣਗੇ ਤਾਂ ਸਿਸਟਮ ਹੀ ਬਦਲ ਜਾਣਗੇ ਉਹ ਇੱਕ ਮਾਹੌਲ ਸੱਜ ਰਿਹਾ ਤੇ ਜੇ ਉਹਨੂੰ ਕਾਊਂਟਰ ਕਰਨਾ ਹੈ ਸਾਰੇ ਨੈਰੇਟਿਵ ਨੂੰ ਤੇ ਫਿਰ ਜਿਹੜੀ ਛੋਟੀਆਂ ਛੋਟੀਆਂ ਗੱਲਾਂ ਵੀ ਸਾਡੇ ਫਿਊਚਰ ਦਾ ਕੀ ਬਣੂਗਾ ਫਿਊਚਰ ਤਾਂ ਤੁਹਾਡਾ ਜਿਹੜਾ ਇਲੈਕਸ਼ਨ ਇਸ ਤੋਂ ਬਾਅਦ ਅਸੈਂਬਲੀ ਦੀ ਹੋਣੀ ਹੈ ਉਹਨੇ ਥੋੜਾ ਜਿਹਾ ਬਹੁਤ ਟਾਈਮ ਪੀਆ ਉਸ ਫਿਊਚਰ ਨੂੰ ਫੋ ਇਮੀਡੀਏਟ ਤਾਂ ਜਿਹੜਾ ਨੈਸ਼ਨਲ ਲੈਵਲ ਦੀ ਪ੍ਰਾਇੋਰਟੀ ਹੈ ਗੱਲ ਉਹਦੀ ਹੈ ਤੁਸੀਂ ਵਿੱਚ ਲਿਆ ਤਕੜੀ ਹੂੰ ਗੱਲ ਕਰਦੇ ਕਰਦੇ ਮੈਨੂੰ ਕੁ ਯਾਦ ਆ ਗਿਆ ਕਿਸੇ ਇਲੈਕਸ਼ਨ ਦੇ ਵਿੱਚ ਸ਼ਾਇਦ 2017 ਦੀ ਸੀਗੀ ਬੀਬੀ ਹਰਤਪ੍ਰੀਤ कौर ਬਾਦਲ ਮਰਖਲ ਉਹ ਯਾਦ ਆ ਉਹ ਉਹਨਾਂ ਦੀ ਯਾਦ ਆ ਇਸ ਦੇ ਵਿੱਚ ਹੈ ਨਹੀਂ ਇੱਕ ਗੀਤ ਬਣਿਆ ਸੀ ਤਕੜੀ ਤੇ ਤੇ ਬਹੁਤ ਚੱਲਿਆ ਸੀਗਾ ਤੇ ਹਰ ਅੰਡੇ ਦੇ ਪਿੰਡਾਂ ਦੇ ਵਿੱਚ ਉਦੋਂ ਵਜਦਾ ਸੀ ਇਲੈਕਸ਼ਨ ਦੇ ਵਿੱਚ ਉਸ ਵੀ ਤੱਕੜੇ ਬਾਦਲ ਦੀ ਮੇਰਾ ਮੇਰਾ ਟੋਲੇ ਤੇ ਜੇ ਉਹ ਮੁੜ ਕੇ ਫਿਰ ਨਾ ਨਿਕਲਾ ਹੈ ਨਾ ਗੀਤ ਤੇ ਜਿਹੜੀ ਇਹ ਗੱਲ ਬੰਦ ਨਾਨਕ ਦੀ ਤੱਕੜੇ ਦੀ ਗੱਲ ਕਰਦੇ ਆ ਉਹ ਫਿਰ ਕਾਊਂਟਰ ਹੋ ਜਾਣੀ ਹੈ ਉਹ ਇਹ ਸਾਰੇ ਪੁਰਾਣੇ ਨੈਰੇਟਿਵ ਹੈਗੇ ਆ ਉਹ ਨਵਾਂ ਨਰਟ੍ਰੇਵਰ ਨਵਾਂ ਨਾਰਾ ਉਹ ਲੈ ਕੇ ਚੱਲਣ ਤਾਂ ਥੋੜੀ ਜੀ ਗੱਲ ਬਣੇਗੀ ਮੇਰੇ ਖਿਆਲ ਦੇ ਵਿੱਚ ਪੁਰਾਣੇ ਬਹੁਤ ਕੁਝ ਅੱਗੇ ਲਿਖਿਆ ਜਾ ਚੁੱਕਿਆ ਤੇ ਕਿਹਾ ਜਾ ਚੁੱਕਿਆ ਤਕਣੀ ਦੇ ਮਾਮਲੇ ਤੇ ਵੈਸੇ ਬਾਈ ਦੀ ਵੇ ਕਿਸੇ ਜਵਾਨੇ ਚ ਜਿਹੜਾ ਪੰਜਾ ਹੈ ਨਾ ਇਹ ਵੀ ਕਾਲੇ ਦਲ ਦਾ ਸਿੰਬਲ ਰਿਹਾ ਹੈ ਅੱਛਾ ਹਾਂਜੀ ਔਰ ਦਾ ਮੈਨ ਜਿਹੜਾ ਇਹਨਾਂ ਦਾ ਮੈਨੀਫੈਸਟੋ ਹੈ ਉਹ ਤੁਹਾਨੂੰ ਦਿਖਾ ਦਿੰਨਾ 69 ਦਾ ਔਰ ਇਹ ਪਿੱਛੇ ਪੰਜਾ ਛਪਿਆ ਹੋਇਆ ਪੰਜਾ ਛਪਿਆ ਫਿਰ ਤੁਹਾਡਾ ਤੀਰ ਕਮਾਨ ਰਿਹਾ ਫਿਰ ਉਸ ਤੋਂ ਬਾਅਦ ਇਹ ਤੁਹਾਡਾ ਤਕੜੀ ਆ ਗਈ ਜਿਹਨੂੰ ਹੁਣ ਬਾਬੇ ਨਾਨਕ ਦੀ ਤਕੜੀ ਕਹਿੰਦੇ ਐ ਤੇ ਇਸ ਤੇ ਗੀਤ ਬਣ ਚੁੱਕਿਆ ਪਹਿਲਾਂ ਹੀ ਮੈਂ ਸਰਦਾਰ ਹਮੀਰ ਸਿੰਘ ਜੀ ਇਹ ਕਾਫੀ ਰੌਚਕ ਜਾਣਕਾਰੀਆਂ ਹੁੰਦੀਆਂ ਹਿਸਟਰੀ ਇਸੇ ਤਰ੍ਹਾਂ ਹੀ ਅੱਗੇ ਵੱਧਦੀ ਆ ਔਰ ਸਾਨੂੰ ਬਾਏ ਦਾ ਗ੍ਰੇਸ ਆਫ ਗੋਡ ਕੁਦਰਤੀ ਤੌਰ ਤੇ ਸਰਦਾਰ ਜਗਤਾਰ ਸਿੰਘ ਹੁਣਾ ਜੀ ਦੇ ਨਾਲ ਹੋਣ ਦਾ ਫਾਇਦਾ ਮਿਲਦਾ ਰਹਿੰਦਾ ਹੈ ਕਿ ਅਸੀਂ ਇਹਨਾਂ ਚੀਜ਼ਾਂ ਤੋਂ ਜਾਣੂ ਹੁੰਦੇ ਰਹਿੰਨੇ ਦਰਸ਼ਕ ਵੀ ਇਸ ਗੱਲ ਨੂੰ ਇੰਜੋਏ ਕਰਦੇ ਆ ਪਰ ਜਿਹੜੀ ਵਿਚਾਰਾਂ ਦੀ ਤੁਹਾਡੇ ਤੁਸੀਂ ਇੱਕ ਵਨਸਵੰਤਾ ਲਿਉਨੇ ਆ ਮੈਂ ਤੁਹਾਡੇ ਤੋਂ ਉਸ ਵਨਸਵੰਤਾ ਤੇ ਨਜ਼ਰੀਆ ਤੋਂ ਪੰਚਾਇਤੀ ਚੋਣ ਬਾਰੇ ਪੁੱਛਣਾ ਹੈ ਕਿ ਇੱਕ ਵਾਰੀ ਮੂਹ ਦਿਖਾਤੀ ਹਾਈ ਕੋਰਟ ਦੇ ਵਿੱਚ ਦੋ ਅਫਸਰ ਸਸਪੈਂਡ ਕੀਤੇ ਫਿਰ ਮੁੜ ਕੇ ਸਮੇਂ ਤੋਂ ਪਹਿਲਾਂ ਬਹਾਲ ਕਰਤੇ ਕਿ ਕਿਤੇ ਕਿਰਕਰੀ ਕੇਂਦਰ ਵਾਲੇ ਪਾਸੇ ਨਾ ਹੋ ਜੇ ਫਿਰ ਮੁੜ ਕੇ ਜ਼ਿੰਮੇਵਾਰੀਆਂ ਤੈ ਹਉਣ ਦੇ ਰੋਲੇ ਵੀ ਪੈਂਦੇ ਨੇ ਲੀਕ ਕਿਵੇਂ ਫੈਲਾ ਹੁੰਦੀ ਹੈ ਸਾਰਾ ਕੁਝ ਆਪਾਂ ਦੇਖਿਆ ਅੱਜ ਜਦੋਂ ਇੱਕ ਵਾਰੀ ਫਿਰ ਇਸ ਮਾਮਲੇ ਨੂੰ ਅੱਗੇ ਵਧਾਇਆ ਗਿਆ ਤਾਂ ਸ਼ਾਇਦ ਇਹਨੂੰ ਤਰਕਸੰਗਤ ਮੰਨਿਆ ਜਾਊਗਾ ਕਿ ਬਹੁਤ ਥੋੜਾ ਸਮਾਂ ਰਹਿ ਗਿਆ ਪੰਚਾਇਤਾਂ ਭੰਗ ਕਰਤੀਆਂ ਜਾਂਦੀਆਂ ਨੇ ਜਾਂ ਇਹ ਜਿਸ ਧਾਰਾ ਦੇ ਤਹਿਤ ਕੀਤੀਆਂ ਗਈਆਂ ਅਜੇ ਵੀ ਕੋਈ ਝੋਲ ਆ ਦੂਜੀ ਗੱਲ ਕੀ ਲੋਕ ਸਭਾ ਤੋਂ ਪਹਿਲਾਂ ਅਸੀਂ ਪੰਚਾਇਤੀ ਚੋਣਾਂ ਹੁੰਦੀਆਂ ਦੇਖ ਰਹੇ ਆ ਕਿ ਇਹ ਕਰਾਉਣੀਆਂ ਹੀ ਪੈਣਗੀਆਂ ਨਹੀਂ ਤਾਂ ਫਿਰ ਹਾਈ ਕੋਰਟ ਫਿਰ ਬੰਦ ਰੋੜੂ ਕਿ ਭਈ ਤੁਸੀਂ ਭੰਗ ਤਾਂ ਕਰਤੀਆਂ ਸਮਾਨ ਕੇ ਦੱਸੋ ਕਿਸ ਤਨ ਕਰਾਉਣੀਆਂ ਕੋਈ ਬੰਦਾ ਹੋਰ ਚਲੇ ਗਿਆ ਦੁਬਾਰਾ ਤਾਂ ਮੈਂ ਮੈਂ ਤਾਂ ਉਰਤੋ ਇਹਨੂੰ ਸਾਰੀ ਸਥਿਤੀ ਨੂੰ ਸਮਝਣਾ ਚਾਹੁੰਦਾ ਅਜੇ ਭੰਗ ਕਰਨ ਤੋਂ ਬਾਅਦ ਉੱਥੇ ਪ੍ਰਸ਼ਾਸਕ ਲਾਉਣ ਦਾ ਮਾਮਲਾ ਤੇ ਪ੍ਰਸ਼ਾਸਕਾਂ ਦੀ ਲਿਸਟ ਵੀ ਮੰਗ ਲਈ ਗਈ ਹੈ ਚੋਣ ਕਮਿਸ਼ਨ ਵੱਲੋਂ ਕਾਫੀ ਰੌਚਕ ਵਰਤਾਰੇ ਪੰਚਾਇਤਾਂ ਦਾ ਟੇਨਰ ਖਤਮ ਹੋ ਗਿਆ ਲਗਭਗ ਹੋਣ ਜਾ ਰਿਹਾ ਹੈ ਬਸ ਤੇ ਹੁਣ ਇਹ ਜੇ ਲਾਸਟ ਡੇਟ ਤੱਕ ਤਾਂ ਇਹ ਆਟੋਮੈਟਿਕਲੀ ਖਤਮ ਹੋਣ ਜਾਣਾ ਸੀ ਬਿਨਾ ਕਿਸੇ ਆਰਡਰ ਉਹਦਾ ਅੱਗੇ ਨਹੀਂ ਜਾ ਸਕਦੀਆਂ ਭੰਗ ਹੋਣੀ ਹੀ ਸੀ ਜਦੋਂ 10 ਅਗਸਤ ਨੂੰ 5 ਮਹੀਨੇ ਪਹਿਲਾਂ ਭੰਗ ਕਰ ਰਹੇ ਸੀ ਉਦੋਂ ਜੇ ਬਚਦੇ 6 ਮਹੀਨੇ ਅੱਜ ਤੁਸੀਂ ਨਹੀਂ ਕਰ ਸਕਦੇ ਇਹ ਕੰਮ ਔਰ ਇਹ ਰਾਈਟ ਨਹੀਂ ਸੀਗਾ ਕਨਸਟੀਚਿਊਸ਼ਨਲੀ ਤਾਂ 6 ਮਹੀਨੇ ਤੋਂ ਘੱਟ ਸਮਾਂ ਰਹਿ ਜੇ ਫਿਰ ਸਟੇਟ ਗਵਰਨਮੈਂਟ ਭੰਗ ਕਰਕੇ ਨਵੀਆਂ ਚੋਣਾਂ ਦੇ ਐਲਾਨ ਦੇ ਨਾਲ ਕਿ ਅਸੀਂ ਚੋਣਾਂ ਲਗਭਗ ਟਾਈਟ ਟੂ ਇਸ ਲਈ ਕਰਾ ਰਹੇ ਹਾਂ ਤਾਂ ਉਹਨੂੰ ਰਾਈਟ ਉਹਦੇ 'ਚ ਹੈ ਭੰਗ ਕਰਨ ਦਾ ਉਹ ਸਾਰੇ ਮਾਮਲੇ ਦੇ ਵਿੱਚ ਹੁਣ ਤਾਂ ਅਜੇ ਜਨਵਰੀ ਦੇ ਵਿੱਚ ਵੈਸੇ ਹੀ ਪੰਚਾਇਤਾਂ ਦਾ ਕਾਰਜਕਾਲ ਖਤਮ ਹੋ ਗਿਆ ਵੈਸੇ ਤਾਂ ਸਾਡੇ ਕੋਲ ਮਯੂਸਪਰ ਕਾਰਪੋਰੇਸ਼ਨਾਂ ਵੀ ਪੰਜਾਂ ਨੇ ਜਿਨ੍ਹਾਂ ਦਾ ਕਾਰਜਕਾਲ ਸਾਲ ਹੋ ਗਿਆ ਲਗਭਗ ਖਤਮ ਹੋਏ ਉਹ ਹਾਈ ਕੋਰਟ ਨੇ ਪੁੱਛਿਆ ਹੋਇਆ ਸੀਗਾ ਕਮਿਸ਼ਨ ਤੋਂ ਕਿ ਕੀ ਬੈਠੇ ਕਰਦੇ ਹੋ ਭਾਈ ਸਾਹਿਬ ਉਹਦੀਆਂ ਚੋਣਾ ਕਿਉਂ ਨਹੀਂ ਹੋ ਰਹੀਆਂ ਕਿੱਥੇ ਨੇ ਕੀ ਗੱਲ ਹੈ ਔਰ ਇਦੋਂ ਬਹੁਤੀਆਂ ਅੱਗੇ 6 ਮਹੀਨੇ ਤੋਂ ਅੱਗੇ ਤੋਰੀਆਂ ਬਣੀ ਜਾ ਸਕਦੀਆਂ ਇਹ ਚੋਣਾ ਕਿਉਂਕਿ ਫਿਰ ਕਨਸਟੀਟਿਊਸ਼ਨਲ ਐਮੈਂਡਮੈਂਟ ਤੱਕ ਪਹੁੰਚ ਜਾਈਗੀ ਗੱਲ ਉਹ ਟੈਕਨੀਕਲੀ ਬਹੁਤ ਇੱਕ ਸੋਲਿਡ ਸਵਾਲ ਹੁਣ 73ਵੀਂ 74ਵੀਂ ਸੋਧ ਤੋਂ ਬਾਅਦ ਇਹ ਬਣਿਆ ਹੋਇਆ ਹੈ ਕਿ ਤੁਸੀਂ ਆਪਣੇ ਢੰਗ ਨਾਲ ਪ੍ਰਸ਼ਾਸਕ ਲਾਤਾ ਫਲਾਣਾ ਲਾਤਾ ਐ ਨਹੀਂ ਚੱਲ ਸਕਦੇ ਉਹਨਾਂ ਦਾ ਟੈਨਯੂਰ ਤੁਹਾਨੂੰ ਇੰਨਾ ਕਿ ਲਿਵਰੇਜ ਵਿੱਚ ਟਾਈਮ ਦਿੰਨੇ ਆ ਵੀ ਇਹਦੇ ਅੰਦਰ ਅੰਦਰ ਜੇਕਰ ਕੋਈ ਖਾਸ ਹਾਲਾਤ ਵੇਦਾ ਤੁਸੀਂ ਕਰ ਸਕਦੇ ਹੋ ਵਾਕਈ ਚੋਣਾਂ ਕਰਾਉਣੀਆਂ ਪੈਣਗੀਆਂ ਇਸ ਲਈ ਜੇ ਮਾਰਚ ਤੱਕ ਚੋਣਾਂ ਹੋਣ ਦਾ ਜਿਹੜਾ ਇੱਕ ਸੰਭਾਵਨਾਮਾ ਨੇ ਉਹ ਕਾਫੀ ਹੱਦ ਤੱਕ ਜੇ ਲੋਕ ਸਭਾ April May ਚ ਜਾਂਦੀ ਹੈ ਤਾਂ ਮਾਰਚ ਤੱਕ ਕਿਸੇ ਵੀ ਦਿਨ ਚੋਣਾਂ ਕਰਾਈਆਂ ਜਾ ਸਕਦੀਆਂ ਨੇ ਇਹ ਕੋਈ ਗੱਲ ਨਹੀਂ ਐ ਜਪੰਤਰ ਪੰਜਾਬ ਦੀ ਸਰਕਾਰ ਮੈਨੂੰ ਇਹਦੇ ਪਿੱਛੋਂ ਇੱਕ ਗੱਲ ਇਹ ਵੀ ਲੱਗਦੀ ਹੈ ਕਿ ਜਿਹੜੀ ਪੰਜਾਬ ਦੀ ਸਰਕਾਰ ਨੇ ਉਦੋਂ ਵੀ ਆਪਾਂ ਗੱਲ ਕੀਤੀ ਪਹਿਲਾਂ ਉਹਦੇ ਨਾਲ ਜੋੜ ਕੇ ਦੇਖਦੇ ਸੀ ਸ਼ਾਇਦ ਲੋਕ ਸਭਾ ਚੋਣਾਂ ਅਰਲੀ ਹੋ ਜਾਣ ਉਹਨਾਂ ਨੂੰ ਕੋਈ ਸੂਚਨਾ ਹੋਵੇ ਪਰ ਇਹਨਾਂ ਨੂੰ ਇਹ ਜ਼ਰੂਰ ਹੋਣਾ ਇਹ ਤਾਂ ਇਹਨਾਂ ਦੇ ਹੱਥ 'ਚ ਹੈ ਨਾ ਕਿ ਆਪਾਂ ਪੰਚਾਇਤ ਤੇ ਮਿਊਂਸਪਲ ਵੀ ਕਰਾਉਣੀ ਹੈ ਇਸ ਲਈ ਵਿਦਿਆਰਥੀਆਂ ਦੇ ਪੇਪਰ ਜਲਦੀ ਕਰ ਦੋ ਫਰਵਰੀ ਫਰਵਰੀ 'ਚ ਨਿਬੇੜ ਦੋ ਤਾਂ ਕਿ ਅੱਗੇ ਨਾ ਜਾਵੇ ਅੱਗੇ ਉਹ 31 ਮਾਰਚ ਤੱਕ ਰਿਜ਼ਲਟ ਚਲੇ ਜਾਂਦੇ ਸੀ ਉਹ ਨਿਬੇੜਨ ਦੇ ਰਾਹ ਪੰਜਾਬ ਸਰਕਾਰ ਜ਼ਰੂਰ ਪਈ ਹੈ ਔਰ ਇਹਨਾਂ ਨੂੰ ਅੰਡਰਟੇਕਿੰਗ ਦੇਣੀ ਪੈਗੀ ਮਾਰਚ ਤੱਕ ਉਹ ਕਰਾਉਣੀ ਆ ਹੀ ਪੈਣਗੀਆਂ ਜੇ ਇਹਨਾਂ ਕੇਸ ਕੋਈ ਉਹਦਾ ਅਜੇ ਟੈਕਨੀਕਲ ਇਹ ਗੱਲ ਅੱਗੇ ਹੈਗੀ ਹੈ ਕਿ ਜੇ ਕੋਡ ਆਫ ਕੰਡਕਟ ਪਾਰਲੀਮੈਂਟ ਦਾ ਲੱਗ ਜਾਂਦਾ ਹੈ ਕੀ ਉਸ ਤੋਂ ਬਾਅਦ ਵਿਧਨ ਫਿਰ ਉਸ ਕੋਡ ਦੇ ਵੀ ਇਹਨਾਂ ਦੇ ਆਪਣੇ ਕੋਡ ਦੇ ਤਹਿਤ ਉਹ ਇਲੈਕਸ਼ਨ ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ ਔਰ ਜੇ ਹੋ ਸਕਦੀ ਹੋਏ ਫਿਰ ਤਾਂ ਲਾਜ਼ਮੀ ਇਹ ਹੋਣੀ ਹੋਏ ਮਤਲਬ ਕੋਈ ਉਹਨੂੰ ਰੋਕ ਹੀ ਨਹੀਂ ਸਕਦਾ ਜੇ ਨਹੀਂ ਹੋ ਸਕਦੀ ਤਾਂ ਕਾਨੂੰਨੀ ਕਿਹੜਾ ਰਾਹ ਹੋਏਗਾ ਫਿਰ ਇਸ ਨੂੰ ਅੱਗੇ ਪਾਉਣ ਦਾ ਫਿਰ ਤਾਂ ਸਿੱਧਾ ਹੀ ਮਤਲਬ ਇਹ ਹੈ ਕਿ ਉਹ ਮਈ ਤੋਂ ਬਾਅਦ ਜਾਣਗੇ ਜਾਂ ਫਿਰ ਤਾਂ ਜੂਨ ਚ ਜਾਣਗੇ ਫਿਰ 6 ਮਹੀਨੇ ਤੋਂ ਜ਼ਿਆਦਾ ਸਮਾਂ ਨਹੀਂ ਹੋ ਜਾਊਗਾ ਤੇ 6 ਮਹੀਨੇ ਤੋਂ ਜ਼ਿਆਦਾ ਸਮੇ ਵਾਲੇ ਨੂੰ ਫਿਰ ਇਹ ਕਿਵੇਂ ਟੈਕਲ ਕਰਨਗੇ ਇਹ ਸਵਾਲ ਅਜੇ ਉਸ ਲੈਵਲ ਤੇ ਖੜਾ ਹੈ ਬਿਲਕੁਲ ਬਾਕੀ ਖੈਰ ਇਹਨਾਂ ਦੇ ਬਾੜਬੰਦੀ ਕਰ ਲਈ ਆ ਕਾਗਜ਼ਾਂ 'ਚ ਕਿਸੇ ਨੂੰ ਦਿਖਾ ਨਹੀਂ ਰਹੇ ਉਹ ਕਹਿੰਦੇ ਨੇ ਪੰਚਾਇਤਾਂ ਹੀਟੋਂ ਚੱਲਣਗੀਆਂ ਕਿਸੇ ਦਾ ਘਰ ਕੱਢਤਾ ਕੋਈ ਬਾੜ ਇਧਰ ਲਾਤਾ ਕੋਈ ਇਧਰ ਨਾ ਘਰ ਉਧਰ ਲਾਤਾ ਹਜੇ ਕਿਸੇ ਨੂੰ ਟਰਾਂਸਪੇਰੈਂਟ ਐਂਗਲ ਤੋਂ ਕੁਝ ਨਹੀਂ ਪਤਾ ਪਾਰਦਰਸ਼ਾ ਔਰ ਇਹ ਕਰਨਾ ਪਏਗਾ ਫਿਰ ਰਿਜ਼ਰਵੇਸ਼ਨਾਂ ਕਰਨੀਆਂ ਪੈਣਗੀਆਂ ਕਿੱਥੇ ਰਿਜ਼ਰਵ ਲੇਡੀ ਐ ਕਿੱਥੇ ਐਸਸੀ ਐ ਕਿੱਥੇ ਬਾਕੀ ਐ ਇਹ ਕਾਫੀ ਅਜੇ ਕੰਮ ਹੁੰਦਾ ਹੈ ਜਿਹੜਾ ਅਜੇ ਗਰਾਊਂਡ ਤੇ ਕਰਨ ਵਾਲਾ ਹੈਗਾ ਜੇ ਅੰਦਰ ਖਾਤੇ ਕਰਕੇ ਬੈਠੇ ਹੋਏ ਨੇ ਕਿਸੇ ਨੂੰ ਨਹੀਂ ਦੱਸਦੇ ਤਾਂ ਲੋਕ ਜਿਹੜੇ ਰੌਲਾ ਪਾ ਰਹੇ ਨੇ ਉਹ ਕਹਿੰਦੇ ਨੇ ਵੀ ਸਾਨੂੰ ਤਾਂ ਹੁਣ ਪਹਿਲਾ ਨਾਲੋਂ ਵੀ ਘੱਟ ਦੱਸਿਆ ਜਾ ਰਿਹਾ ਤਾਂ ਕਿਤੇ ਸਰਪੰਚ ਨਾਮਿਨੇਟ ਤਾਂ ਨਹੀਂ ਹੋ ਜਾਣਗੇ ਉਹ ਜੀ ਦੂਜਿਆਂ ਦੇ ਕਾਗਜ਼ ਕਾਗਜ਼ਨ ਕਰਾ ਦੋ ਲੋਕਾਂ ਨੂੰ ਇਹ ਵੀ ਸ਼ੰਕੇ ਹੈਗੇ ਨੇ ਔਰ ਇਹਨਾਂ ਸੰਖਿਆ ਨੂੰ ਬਾਕੀ ਸਰਕਾਰਾਂ ਵੀ ਕਹ ਹੱਦ ਤੱਕ ਕਰਦੀਆਂ ਰਹੀਆਂ ਨੇ ਕਹਿੰਦੇ ਨੇ ਜਿਹੜੀ ਸਰਕਾਰ ਆਉਂਦੀ ਆ ਉਹ ਪਹਿਲਾਂ ਨਾਲੋਂ ਜ਼ਿਆਦਾ ਕਰਦੀ ਹੁਣ ਆਵਾਜ਼ ਵੀ ਪਾਰਟੀ ਕਿਤੇ ਪਹਿਲਾਂ ਨਾਲੋਂ ਜ਼ਿਆਦਾ ਤਾਂ ਨਹੀਂ ਕਰੇਗੀ ਇਸ ਮਾਮਲੇ 'ਚ ਜਾਂ ਕੋਈ ਇੰਡੀਪੈਂਡੈਂਟ ਮਾਹੌਲ ਦੇਗੀ ਲੋਕਾਂ ਨੂੰ ਆਪਣੇ ਨੁਮਾਇੰਦੇ ਚੁਣਨ ਦਾ ਸਰਦਾਰ ਜਗਤਾਰ ਸਿੰਘ ਜੀ ਆਮ ਤੌਰ ਤੇ ਪਿੰਡੂ ਮਾਹੌਲ ਦੇ ਵਿੱਚ ਇਹ ਗੱਲ ਮੰਨੀ ਜਾਂਦੀ ਆ ਸਰਦਾਰ ਹਮਿੰਦਰ ਸਿੰਘ ਉਹਨਾਂ ਦੀ ਗੱਲ ਠੀਕ ਹੈ ਕਿ ਪੰਚਾਇਤਾਂ ਦੀ ਬੋਲੀ ਵੀ ਲੱਗ ਜਾਂਦੀ ਹੁੰਦੀ ਆ ਪਿੰਡਾਂ 'ਚ ਵੀ ਲੱਗ ਜਾਂਦੀ ਹੁੰਦੀ ਆ ਵੀ ਚੱਲ ਵੀ ਤੂੰ ਗੁਰਦੁਆਰਾ ਸਾਹਿਬ ਨੂੰ ਦਿਨਾ ਕਿੰਨੇ ਦਿਨਾਂ ਮੈਂ 20 ਲੱਖ ਦਿਨਾ 25 ਦਿਨਾ ਕਿਸੇ ਵੇਲੇ ਵੱਡੇ ਪਿੰਡਾਂ 'ਚ ਇੰਜ ਵੀ ਹੋ ਜਾਂਦਾ ਪਰ ਕਈ ਵਾਰੀ ਬੋਲੀ ਕਹਿੰਦੇ ਆ ਜਦੋਂ ਹਲਕਾ ਇੰਚਾਰਜਾਂ ਕੋਲੋਂ ਵੀ ਲੱਗ ਜਾਂਦੀ ਆ ਵੀ ਕਿਹੜੀ ਮੋਟੀ ਸਾਮੀ ਲਓ ਜੀ ਛੱਡੋ ਜੀ ਤੁਸੀਂ ਪੈਸੇ ਚੱਕੋ ਗੱਲ ਖਤਮ ਅਸੀਂ ਕਿਸੇ ਤੇ ਇੱਕ ਤੇ ਇਲਜ਼ਾਮ ਨਹੀਂ ਲਾਉਂਦੇ ਹੁੰਦਾ ਰਿਆ ਇਹ ਕਿ ਕੀ ਹੋਊਗਾ ਪਤਾ ਨਹੀਂ ਪਰ ਸਰਗਰ ਸਿੰਘ ਜਿਹੜੀ ਇਲੈਕਸ਼ਨ ਆ ਗਈ ਆ ਪਾਰਲੀਮੈਂਟ ਦੀ ਜੇ ਪਿੰਡਾਂ ਦੇ ਵਿੱਚ ਉਸ ਤੋਂ ਪਹਿਲਾਂ ਧੜੇਬੰਦੀ ਪੈ ਗਈ ਕਿ ਫਲਾਣੇ ਨਾਲ ਤਾਂ ਬੰਦੇ ਵੱਧ ਸੀ ਤੇ ਫਲਾਣੇ ਨੂੰ ਹਲਕਾ ਚਾਰਜ ਨੇ ਜਾਂ ਐਮਐਲਏ ਨੇ ਜਾਂ ਮੰਤਰੀ ਨੇ ਫਲਾਣਾ ਬੰਦਾ ਆਪਣਾ ਉਦਾਂ ਹੀ ਬਣਾਤਾ ਤਾਂ ਲੈਣੇ ਤੇ ਦੇਣੇ ਪੈ ਜਾਣਗੇ ਮੈਂ ਤੁਹਾਡੇ ਤੋਂ ਸਮਝਣਾ ਚਾਹੁੰਦਾ ਹੈ ਸਰਕਾਰ ਨੂੰ ਕਿੰਨਾ ਕੁ ਵਾਰਾ ਖੰਦਾ ਹੈ ਕਿ ਉਹ ਪਾਰਲੀਮੈਂਟ ਚੋਣ ਤੋਂ ਪਹਿਲਾਂ ਇਲੈਕਸ਼ਨ ਕਰਾ ਲੇ ਜੇ ਮਜਬੂਰੀ ਵਾਸ ਕਰਾਉਣੀ ਪੈ ਜਾਂਦੀ ਆ ਤਾਂ ਪਿੰਡਾਂ ਦੇ ਵਿੱਚ ਜਿਹੜੀ ਖਾਸ ਤੌਰ ਤੇ ਪੈਦਾ ਹੋਈ ਧੜੇਬੰਦੀ ਉੰਜਤਾ ਸੀ ਸਾਰਿਆਂ ਨੂੰ ਕਹਿੰਦੇ ਵੀ ਚੱਲ ਵੀ ਤੂੰ ਵੀ ਸਾਡਾ ਬੱਗਾ ਸ਼ੇਰ ਤੇ ਤੂੰ ਵੀ ਸਾਡਾ ਸਭ ਤੋਂ ਵਧੀਆ ਵਰਕਰ ਸਰਪੰਚੀ ਤਾਂ ਤੈਨੂੰ ਦੇਣੀ ਆ ਪਿੰਡੋਂ ਵੋਟਾਂ ਕੱਢ ਕੇ ਲਿਆ ਪਾਰਲੀਮੈਂਟ ਇਲੈਕਸ਼ਨ ਇਦਾਂ ਲੜਨ ਦਾ ਇਹਨਾਂ ਦਾ ਮੂਡ ਸੀਗਾ ਤੇ ਸਾਰਿਆਂ ਨੂੰ ਥਾਪੜਾ ਦੇ ਕੇ ਸਾਰੇ ਧੜਿਆਂ ਨੂੰ ਲਾਲੀ ਰੋਪਾ ਦੇ ਕੇ ਤੇ ਵੋਟਾਂ ਕਢਾ ਲਓ ਤੇ ਇੱਕ ਵਾਰੀ ਵੋਟਾਂ ਪਵਾ ਲਓ ਖੁੱਲ ਕੇ ਇਹੋ ਤਾਂ ਕਹਿੰਦੇ ਨੇ ਸੱਤਾਧਾਰੀ ਤੇਨੂੰ ਫਾਇਦਾ ਹੁੰਦਾ ਪਰ ਜੇ ਉਸ ਤੋਂ ਪਹਿਲਾਂ ਧੜੇਬੰਦੀ ਪੈਦਾ ਹੋ ਗਈ ਤਾਂ ਫਿਰ ਉਹਨੂੰ ਨਿਪਟਣਾ ਹੋਰ ਔਖਾ ਆ ਜਾਂਦਾ ਤੇ ਵੋਟਾਂ ਖਰਾਬੀ ਹੋ ਜਾਂਦੀਆਂ ਕੀ ਕਹਿੰਨੇ ਹੋ ਸਥਿਤੀ ਕੀ ਹੈ ਮੇਰੇ ਖਿਆਲ ਚ ਇਲੈਕਸ਼ਨ ਤਾਂ ਇਹਨਾਂ ਨੂੰ ਕਰਾਉਣੀ ਪੈਣੀ ਹੈ ਜਿਹੜੀ ਸੰਧਾਨਿਕ ਪ੍ਰਵਿਧਾਨ ਹੈਗੀ ਹੈ ਹਮੀਰਜੀ ਰੂ ਇਸ ਗੱਲ ਦੀ ਜਾਣਾ ਸਮਝ ਹੈਗੀ ਹੈ ਉਹ ਇਲੈਕਸ਼ਨ ਤਾਂ ਇਹਨਾਂ ਨੂੰ ਕਰਾਉਣੀ ਪੈਣੀ ਹੈ ਭਾਵੇਂ ਉਹ ਇਲੈਕਸ਼ਨ ਕਮਿਸ਼ਨ ਦੇ ਥਰੂ ਪਰਮਿਸ਼ਨ ਲ ਕੇ ਕਰਾਉਣੀ ਪਵੇ ਜਿਸ ਤਰ੍ਹਾਂ ਵੀ ਹੋਵੇ ਮੇਰੇ ਖਿਆਲ ਚ ਇਲੈਕਸ਼ਨ ਪਹਿਲਾਂ ਹੋ ਜਾਏਗੀ ਕਈ ਵਾਰੀ ਪਰਸੈਪਸ਼ਨ ਇਹ ਵੀ ਹੁੰਦੀ ਹੈ ਕਿ ਜੇ ਲੋਕਾਂ ਨੂੰ ਮੋਬਾਈਲਾਈਜ਼ ਕਰਨਾ ਹੈ ਤੇ ਉਸ ਤੋਂ ਪਹਿਲਾਂ ਇਲੈਕਸ਼ਨ ਕਰਾਜੋ ਮਸਲਨ ਆਕਾਲੀ ਦਲ ਨੂੰ ਐਸਜੀਪੀਸੀ ਨੇ ਜਨਰਲ ਹਾਊਸ ਦੇ ਇਲੈਕਸ਼ਨ ਜਨਰਲ ਇਲੈਕਸ਼ਨ ਤੋਂ ਪਹਿਲਾਂ ਬਹੁਤ ਫੂਟ ਕਰਿਆ ਕਰਦੀ ਸੀਗੀ ਉਧਰ ਨਾਲ ਜਿਹੜੇ ਇਹ ਸਿੱਖ ਵੋਟਰ ਹੈ ਉਹ ਮੌਲਾਈਦ ਹੋ ਜਾਂਦਾ ਸੀਗਾ ਹੁਣ ਹੋ ਸਕਦਾ ਹੈ ਕਿ ਆਪ ਵਾਲਿਆਂ ਨੂੰ ਵੀ ਇਹ ਲੱਗਦਾ ਹੋਵੇ ਕਿ ਜੇ ਅਸੀਂ ਪੰਚਾਇਤ ਚੋਣਾਂ ਪਹਿਲਾਂ ਕਰਾ ਦਈਏ ਅਸੀਂ ਸਾਰੇ ਰੂਰਲ ਏਰੀਆਜ਼ ਨੂੰ ਆਪਣੇ ਹੱਕ ਦੇ ਵਿੱਚ ਪੂਰੀ ਤਰ੍ਹਾਂ ਮੋਬਾਈਲਾਈਜ਼ ਕਰ ਲਾ ਕੇ ਇਹ ਆਪਣੇ ਆਪਣੀ ਅਸੈਸਮੈਂਟ ਹੁੰਦੀ ਹੈ ਉਹ ਗਲਤ ਵੀ ਹੋ ਸਕਦੀ ਹੁੰਦੀ ਹੈ ਲੇਕਿਨ ਢੜੇ ਬਾਜੀ ਪੰਜਾਬ ਦੇ ਵਿੱਚ ਪਹਿਲਾਂ ਵੀ ਸੀ ਕਿਸਾਨ ਸੰਗਲ ਦਾ ਇੱਕ ਬਹੁਤ ਪੋਜ਼ਿਟਿਵ ਅਸਪੈਕਟ ਸੀਗਾ ਕਿ ਉਹਨੇ ਢੜੇਬੰਦੀ ਪੰਡਾ ਦੀ ਖਤਮ ਕੀਤੀ ਸੀਗੀ ਇਲیکشن ਦੇ ਵਿੱਚ ਤੜੇਬੰਦੀ ਪੈ ਬਣ ਜਾਂਦੀ ਹੈ ਪੈਦਾ ਹੋ ਜਾਂਦੀ ਹੈ ਤੇ ਇਹ ਦਿਖਾਵਲੀ ਗੱਲ ਹੁੰਦੀ ਹੈ ਜਿਕੇ ਜੇ ਤੜੇ ਜਿਆਦਾ ਨਰਮਲੀ ਰੋਲਿੰਗ ਪਾਰਟੀ ਦੇ ਹੱਕ ਦੇ ਵਿੱਚ ਇਸਟਿਚਨ ਦੀਆਂ ਛੋੜਾ ਹੋਇਆ ਕਰਦੀਆਂ ਲੋਕਲ ਬਾਡੀਜ਼ ਵੀ ਤੇ ਪੰਚਾਇਤ ਵੀ ਸੋ ਇਹ ਅਕਸਰ ਰੋਲਿੰਗ ਪਾਰਟੀ ਦੇ ਹੱਕ ਦੇ ਵਿੱਚ ਚਲਾ ਜਾਂਦਾ ਹੁੰਦਾ ਹੈ ਜੀ ਸਦਾਰ ਹਮੇ ਸਿੱਖ ਦੀ ਆਖਰੀ ਰਾਉਂਡ ਦੇ ਵਿੱਚ ਸੁਖਪਾਲ ਸਿੰਘ ਖੇਰਾਂ ਨੂੰ ਫੋਕਸ ਵਿੱਚ ਲਿਆਈਏ ਅੱਜ ਉਹਨਾਂ ਨੂੰ ਸਥਾਨਕ ਕਪੂਰਥਲਾ ਦੀ ਅਦਾਲਤ ਵਿੱਚੋਂ ਜ਼ਮਾਨਤ ਮਿਲ ਜਾਂਦੀ ਹੈ ਜਿਹੜਾ ਕੇਸ ਉਹਨਾਂ ਦੇ ਖਿਲਾਫ ਗਵਾਹ ਨੂੰ ਤੁਮ ਕੌਣ ਦਾ ਬਣਾਇਆ ਗਿਆ ਸੀਗਾ ਅੱਜ ਹੀ ਇੱਕ ਵਾਰੀ ਫਿਰ ਉਹਨਾਂ ਦਾ ਮਾਮਲਾ ਹਾਈ ਕੋਰਟ 'ਚ ਆਉਂਦਾ ਹੈ ਕਿ ਇਸ ਕੇਸ ਨੂੰ ਖਾਰਜ ਇਸ ਐਫ ਆਈ ਆਰ ਨੂੰ ਖਾਰਜ ਕੀਤਾ ਜਾਵੇ ਹੁਣ ਸੁਖਪਾਲ ਸਿੰਘ ਖਹਿਰਾ ਸ਼ਾਮ ਤੱਕ ਘਰ ਆ ਜਾਣਗੇ ਜਾਂ ਕੱਲ ਸਵੇਰ ਤੱਕ ਆ ਜਾਣਗੇ ਜਾਂ ਆ ਚੁੱਕੇ ਹੋਣਗੇ ਮਾਮਲਾ ਜੇ ਮੋٹے ਤੌਰ ਤੇ ਦੇਖੀਏ ਤਾਂ ਸਰਕਾਰ ਦੀ ਘਿਰਕਰੀ ਦਾ ਵੀ ਆਖਰ ਇੰਨੀ ਕੀ ਲੋਡ ਪੈ ਜਾਂਦੀ ਹੈ ਕਿ ਸਰਕਾਰਾਂ ਇਹ ਸੱਦ ਤੱਕ ਚਲੇ ਜਾਣ ਕਿ ਕਿਸੇ ਵਿਅਕਤੀ ਨੂੰ ਜੇਲ੍ਹ ਦੇ ਵਿੱਚੋਂ ਨਿਕਲਦੇ ਹੀ ਫੜ ਕੇ ਦੁਬਾਰਾ ਜੇਲ੍ਹ ਦੇ ਵਿੱਚ ਰੱਖਣਾ ਸੁਖਪਾਲ ਸਿੰਘ ਖਹਿਰਾ ਸਟੇਟ ਲਈ ਜਾਂ ਸਟੇਟ ਦੇ ਮੁੱਦਿਆਂ ਦੇ ਉੱਤੇ ਇੰਨੀ ਖਤਰਨਾਕ ਸੀ ਕਿ ਸੱਤਾਧਾਰੀ ਤੇ ਲਈ ਵੀ ਇਸ ਤਰ੍ਹਾਂ ਕਰਨਾ ਬਣਦਾ ਸੀਗਾ ਜਾਂ ਕਿਸੇ ਨੂੰ ਕਿਸੇ ਵੀ ਹੱਦ ਤੱਕ ਜਲੀਲ ਕੀਤਾ ਜਾਂਦਾ ਆਖਰ ਸਰਕਾਰ ਇਹਦੇ ਚ ਆਪਣਾ ਪੱਕਾ ਕਲੀਅਰ ਕਦੇ ਕਰੂਗੀ ਪਰ ਪੁਲਿਸ ਸਿਰਫ ਟੂਲ ਕਿਉਂ ਬਣ ਕੇ ਰਹਿ ਜਾਂਦੇ ਕਿ ਕੱਡੀ ਐਸਪੀ ਉਹਨਾਂ ਨੂੰ ਉੱਥੋਂ ਪੜਨ ਸਪੈਸ਼ਲ ਚਲਿਆ ਜਾਂਦਾ ਹੈ ਅਸੀਂ ਕਿਸ ਤਰ੍ਹਾਂ ਦੇ ਦੌਰ 'ਚ ਜੀ ਰਹੇ ਆ ਸੁਖਪਾਲ ਸਿੰਘ ਖੇਰਾ ਦੀ ਪੋਲਿਟਿਕਸ ਨੂੰ ਤੁਸੀਂ 100% ਦੀ ਸਪੋਰਟ ਨਾ ਵੀ ਕਰੋ ਉਹ ਵੀ ਨਿੱਜੀ ਤੌਰ ਤੇ ਜਾ ਕੇ ਦੋਸ਼ ਲਾਉਂਦੇ ਨੇ ਉਹ ਵਿਅਕਤੀਗਤ ਹੋ ਜਾਂਦੇ ਨੇ ਉਹ ਬਹੁਤ ਹੱਦ ਤੱਕ ਇੰਜ ਹੁੰਦੇ ਰਹੇ ਨੇ ਲੇਕਿਨ ਇਹ ਜਿਹੜੀ ਖੁੰਦਕ ਇਹਨਾਂ ਦੀ ਪ੍ਰਾਣੀ ਆ ਇਹਨੇ ਹੁਣ ਸੱਤਾ ਦੀ ਦਰਬਾਰਤੋਂ ਦਾ ਇੱਕ ਨਵਾਂ ਮਾਮਲਾ ਸਾਹਮਣੇ ਲਿਆਂਦਾ ਹੈ ਔਰ ਖੱਟੋਗੱਟ ਬਦਲਾ ਦੀ ਰਾਜਨੀਤੀ 'ਚ ਤਾਂ ਕਿਤੇ ਵੀ ਦਾਵੇਦਾਰ ਨਹੀਂ ਸੀ ਹੈਗਾ ਮੈਂ ਤੋਂ ਉੱਤੋਂ ਸਮਝਣਾ ਚਾਹੁੰਦਾ ਹੈ ਕਿ ਇਸ ਤੋਂ ਬਾਅਦ ਹੁਣ ਕੀ ਹੈ ਇੱਥੇ ਸਰਕਾਰ ਆਪਣੇ ਆਪ ਨੂੰ ਕਿਤੇ ਡਿਫੈਂਡ ਕਰਦੀ ਨਜ਼ਰ ਆਊਗੀ ਕਿ ਉਹਨਾਂ ਦੀ ਇਸ ਕਿਰਿਆ ਪ੍ਰਕਿਰਿਆ ਨੂੰ ਅਦਾਲਤ ਨੇ ਚੁੱਪਚੀਪੀ ਤੇ ਬਾਹਰ ਸੱਟਾ ਚੱਕ ਅਸਲ ਦੇ ਵਿੱਚ ਸਾਡੇ ਜਿਹੜਾ ਡੈਮੋਕ੍ਰੇਸੀ ਹੈ ਨਾ ਸਾਨੂੰ ਲੜਕੇ ਨਹੀਂ ਮਿਲੀ ਉਹੀ ਮਿਲ ਗਈ ਉਧਾਰੀ ਡੈਮੋਕ੍ਰੇਸੀ ਦਾ ਵੈਲਿਊ ਸਾਨੂੰ ਪਤਾ ਹੀ ਨਹੀਂ ਕਿ ਕੀ ਹੁੰਦੀ ਹੈ ਔਰ ਚਰਨਿੰਗ ਨਹੀਂ ਹੋਈ ਸਾਡੇ ਉਸ ਲੈਵਲ ਦੀ ਜਿਸ ਲੈਵਲ ਦਾ ਵੈਲਿਊ ਸਿਸਟਮ ਡੈਮੋਕ੍ਰੇਸੀ ਸਰਜਦੀ ਹੈ ਹੁਣ ਸਗੋ ਸਟੈਪ ਬਾਈ ਸਟੈਪ ਅਸੀਂ 75 ਸਾਲਾਂ 'ਚ ਉਹਨੂੰ ਰਿਡਿਊਸ ਕਰਦੇ ਜਾਂਦੇ ਆ ਉਹਨੂੰ ਘਟਾਉਂਦੇ ਜਾਂਦੇ ਆ ਵਧਾਉਣ ਦੀ بجائے ਕਿ ਹੋਰ ਕਿਵੇਂ ਲੋਕਾਂ ਦੇ ਹੱਕ ਕਿਵੇਂ ਡਿਗਨਿਟੀ ਕਿਵੇਂ ਸਵੈਮਾਨ ਕਿਸੇ ਦਾ ਨਾਗਰਿਕ ਦਾ ਵਧਾਉਣਾ ਹੁੰਦਾ ਨਾਗਰਿਕਾਂ ਦੇ ਸਵੈਮਾਨ ਨਾਲ ਦੇਸ਼ ਮਜ਼ਬੂਤ ਹੁੰਦੇ ਨੇ ਜਾਂ ਸੂਬੇ ਮਜ਼ਬੂਤ ਹੁੰਦੇ ਨੇ ਜਾਂ ਬਾਕੀ ਦੇ ਰੋਕ ਨਾ ਕੇ ਇਹ ਆ ਕਿ ਡਿਮੋਰਲਾਈਜ਼ ਕਰ ਦੋ ਸਾਰਿਆਂ ਨੂੰ ਨਿਰਾਸ਼ਤਾ 'ਚ ਧੱਕ ਦਿਓ ਤਾਂ ਉਦੋਂ ਬਾਅਦ ਹੁੰਦੇ ਨੇ ਹੁਣ ਤਾਂ ਸਾਡੇ ਪ੍ਰਣਾਲੀਓ ਦੂਜੀ ਚੱਲ ਪਈ ਪ੍ਰਣਾਲੀ ਕੀ ਚੱਲ ਪਈ ਜਿਹੜਾ ਕੋਈ ਪ੍ਰਧਾਨ ਮੰਤਰੀ ਨੂੰ ਕਹਿੰਦਾ ਉਹ ਕਹਿੰਦਾ ਦੇਸ਼ ਤਰੋ ਹੈ ਔਰ ਸਰਕਾਰ ਤੇ ਸਟੇਟ ਅਸੀਂ ਇੱਕ ਬਣਾਤੇ ਅਸਲ ਦੇ ਵਿੱਚ ਅੱਗੇ ਰਾਜ ਤਰੋ ਜਿਹੜਾ ਹੁੰਦਾ ਸੀ ਨਾ ਤੇ ਰਾਸ਼ਟਰ ਤਰੋ ਜਿਹੜਾ ਸਰਕਾਰ ਦੇ ਅਗੇਂਸਟ ਕੁਝ ਵੀ ਕਹੋ ਤੁਹਾਨੂੰ ਰਾਈਟ ਹੈ ਕੋਈ ਗੱਲ ਨਹੀਂ ਡੈਮੋਕ੍ਰੇਸੀ ਦੀ ਸਰਕਾਰਾਂ ਨੂੰ ਨਿੰਦਣਾ ਸਰਕਾਰਾਂ ਦੇ ਖਿਲਾਫ ਸਟੈਂਡ ਲੈਣੇ ਸਰਕਾਰਾਂ ਦੇ ਖਰਾਬ ਗੱਲਾਂ ਕਰਨੀਆਂ ਨੋਰਮਲ ਗੱਲਾਂ ਨੇ ਇਹ ਕੋਈ ਬੜੀ ਬਹੁਤ ਬੜੀ ਗੱਲ ਹੀ ਨਹੀਂ ਡੈਮੋਕ੍ਰੇਸੀ ਦਾ ਬੇਸਿਕ ਅਸੂਲ ਹੈ ਕਿਸੇ ਕਿਸੇ ਵੀ ਅਹੁਦੇ ਤੇ ਬੈਠੇ ਬੰਦੇ ਦੇ ਖਿਲਾਫ ਕੁਝ ਵੀ ਕਹਿਣਾ ਜਾਂ ਉਹਨਾਂ ਦੇ ਟੋਟਲ ਪੋਲਿਸੀ ਸਿਸਟਮ ਨੂੰ ਚੈਲੰਜ ਕਰਨਾ ਤੇ ਸਟੇਟ ਇੱਕ ਅਲੱਗ ਚੀਜ਼ ਹੈ ਹੁਣ ਮੰਨਣੇ ਲੱਗੇਵੇਂ ਜਿਵੇਂ ਸਾਡਾ ਚੀਫ ਮਨਿਸਟਰ ਨੂੰ ਲੱਗਦਾ ਮੈਂ ਸਟੇਟ ਹ ਉਦੋਂ ਪ੍ਰਧਾਨ ਮੰਤਰੀ ਨੂੰ ਲੱਗਦਾ ਮੈਂ ਦੇਸ਼ ਹ ਤੇ ਉਹਦੇ ਆਧਾਰ ਤੇ ਲੋਕ ਬਹੁਤ ਪਰਚੇ ਪਾ ਕੇ ਅੰਦਰ ਨੇ ਜਦੋਂ ਤੁਹਾਡੇ ਚ ਇਹ ਈਗੋ ਪ੍ਰਵੇਲ ਕਰਨਾ ਸ਼ੁਰੂ ਕਰ ਜਾਂਦੀ ਆ ਹੌਲੀ ਹੌਲੀ ਇਹ ਅੱਜ ਹੀ ਨਹੀਂ ਹੋਇਆ ਹੌਲੀ ਹੌਲੀ ਇਹ ਵੱਧਦਾ ਜਾ ਰਿਹਾ ਮਤਲਬ ਇਹ ਟ੍ਰੈਂਡ ਚਾਹੇ ਕਾਫੀ ਸਮੇਂ ਤੋਂ ਚੱਲਿਆ ਹੋਇਆ ਪਰ ਹੁਣ ਆ ਕੇ ਜਿਵੇਂ ਚਰਮਤੇ ਹੁੰਦਾ ਨਾ ਐ ਲੱਗਦਾ ਔਰ ਇਸੇ ਕਰਕੇ ਹੁਣ ਫਿਰ ਉਹ ਜਿਹੜਾ ਪ੍ਰਸ਼ਾਸਨਿਕ ਤੰਤਰ ਸੀ ਆਈਏਐਸ ਆਈਪੀਐਸ ਦਾ ਖਾਸ ਤੌਰ ਤੇ ਜਿਹੜਾ ਸਤੀਰ ਫਰੇਮ ਕਿਹਾ ਜਾਂਦਾ ਸੀ ਕਿ ਉਹ ਅਕੋਰਡਿੰਗ ਟੂ ਰੂਲ ਅਕੋਰਡਿੰਗ ਟੂ ਲਾ ਅਕੋਰਡਿੰਗ ਟੂ ਕਨਸਟੀਟਿਊਸ਼ਨ ਕੰਮ ਕਰਦੇ ਨੇ ਉਹ ਪਤਾ ਨਹੀਂ ਖਿੰਡ ਪੁੱਟ ਗਿਆ ਕਿਤੇ ਉਹ ਵੀ ਸਟੈਂਡਲੈਂਡ ਦੇ ਕਾਬਲ ਨਹੀਂ ਬਚਿਆ ਕਿ ਅਫਸਰ ਕਹੇ ਵੀ ਇਹ ਤਾਂ ਜਨਾਬ ਗਲਤ ਹੈ ਐਵੇਂ ਤਾਂ ਨਹੀਂ ਹੋ ਸਕਦਾ ਇਹ ਗੱਲ ਜੇ ਤੁਸੀਂ ਇੰਨਾ ਕਹਿੰਦੇ ਹੋ ਅਸੀਂ ਪ੍ਰਸ਼ਾਸਨ ਨੂੰ ਨਿਊਟਰਲ ਬਣਾਇਆ ਸੀ ਕਨਸਟੀਟਿਊਸ਼ਨਲੀ ਤਾਂ ਕਿ ਇੱਕ ਪਾਰਟੀ ਦਾ ਨਹੀਂ ਹੋਏਗਾ ਸਰਕਾਰ ਦਾ ਨਹੀਂ ਹੋਏਗਾ ਸੰਵਿਧਾਨ ਦਾ ਹੋਏਗਾ ਕਾਨੂੰਨ ਦਾ ਹੋਏਗਾ ਪਰ ਉਹਦੇ ਮੁਤਾਬਕ ਹੁਣ ਵੱਡੀਆਂ ਪਦਵੀਆਂ ਲੈਣ ਦੇ ਵਾਸਤੇ ਜਿਹੜਾ ਲਾਲਚ ਹੈ ਸਾਰੀ ਅਫਸਰਸਾਈ ਦੇ ਵਿੱਚ ਜਾਂ ਡਰ ਹੈ ਕਿ ਮੈਨੂੰ ਵੀ ਕਿਤੇ ਸਸਪੈਂਡ ਕਰਕੇ ਕਿਤੇ ਖੁੱਡੇ ਨਾ ਨਾ ਦਿੱਤਾ ਜਾਏ ਇਹ ਦੋਨੋਂ ਗੱਲਾਂ ਨੇ ਇੱਕ ਇਹੋ ਜਿਹਾ ਮਾਹੌਲ ਬਣਾਤਾ ਕਿ ਜੋ ਪੋਲਿਟੀਕਲ ਬਾਸ ਕਹਿੰਦਾ ਉਹ ਮੇਂ ਗੱਲ ਹੋ ਰਹੀ ਹੈ ਔਰ ਇਹ ਬਹੁਤ ਹਿਊਮਨ ਰਾਈਟਸ ਦੇ ਮਾਮਲੇ ਦੇ ਵਿੱਚ ਵੀ ਡੈਮੋਕ੍ਰੇਸੀ ਦੇ ਮਾਮਲੇ ਦੇ ਵਿੱਚ ਵੀ ਬੇਹੱਦ ਖਤਰਨਾਕ ਪਹਿਲੂ ਹੈ ਔਰ ਤੁਸੀਂ ਲੋਕਾਂ ਨੂੰ ਜੇ ਠੀਕ ਨਹੀਂ ਕਰਦੇ ਧੱਕ ਰਹੇ ਹੋ ਅਨਾਰਕਿਸਟ ਉਹਦੇ ਵੱਲ ਆਪਣਾ ਫੈਸਲਾ ਆਪਣੇ ਇਨਸਾਫ ਆਪ ਲੈਣ ਦੇ ਬੰਦ ਧੱਕ ਰਹੇ ਹੋ ਨਾ ਕਿ ਸਿਸਟਮ ਤੋਂ ਜੇਕਰ ਇਨਸਾਫ ਨਹੀਂ ਮਿਲਦਾ ਤਾਂ ਤੁਸੀਂ ਨਿੱਜੀ ਤੌਰ ਤੇ ਹਿੰਸਾ ਵੱਲ ਧੱਕ ਦਿੰਦੇ ਹੋ ਲੋਕਾਂ ਨੂੰ ਇਹ ਸੋਚਣਾ ਸਾਡੇ ਹੁਕਮਰਾਨਾਂ ਦਾ ਨਹੀਂ ਇਕੱਲਿਆਂ ਦਾ ਕੰਮ ਪੂਰੇ ਲੋਕਾਂ ਦਾ ਵੀ ਹੈ ਲੋਕ ਬਰਦਾਸ਼ਤ ਕਰ ਰਹੇ ਨੇ ਔਰ ਬਰਦਾਸ਼ਤ ਕਰ ਰਹੇ ਨੇ ਜੇ ਜੀਤੇ ਮਰਜੀ पे ਫੇਸਬੁਕ ਸੋਸ਼ਲ ਮੀਡੀਆ ਬਹੁਤ ਮਾੜਾ ਕੰਮ ਕੀਤਾ ਜੀ ਸੁਖਪਾਲ ਖੈਰਾ ਵੱਡੇ ਬੰਦੇ ਨੇ ਚੰਗੇ ਬੰਦੇ ਨੇ ਪੰਜਾਬ ਦੀ ਗੱਲ ਕਰਦੇ ਨੇ ਪਰ 50 ਬੰਦੇ ਨਹੀਂ ਥਾਣੇ ਦੇ ਮੂਹਰੇ ਜਾ ਕੇ ਕਹਿੰਦੇ ਕਿ ਅਸੀਂ ਧਰਨਾ ਦੇ ਰਿਹਾ ਰੈਗੂਲਰ ਉਹਦੀ ਪਾਰਟੀ ਵੀ ਨਹੀਂ ਕਹਿੰਦੀ ਪਾਰਟੀ ਵੀ ਕੱਲੀ ਬਿਆਨਬਾਜ਼ੀ ਦਿੰਦੀ ਆ ਔਰ ਤੁਸੀਂ ਯੂਰਪ ਦੇ ਵਿੱਚ ਜਾਂ ਵੈਸਟਰਨ ਡੈਮੋਕ੍ਰੇਸੀ 'ਚ ਕਰਕੇ ਦਿਖਾਓ ਜੇ ਲੋਕ ਜਾਣਨਾ ਕਰ ਦੇਣ ਸਰਕਾਰ ਦੀ ਉਸੇ ਤਰੀਕੇ ਦੇ ਨਾਲ ਵੀ ਇਹ ਤੁਸੀਂ ਇਹ ਕਿਹਦੇ ਗਿਆ ਤੁਹਾਨੂੰ ਇਹ ਵੀ ਚੱਲ ਸਕਦਾ ਇੱਥੇ ਇਸ ਕਰਕੇ ਇਹਦੇ ਤੇ ਲੋਕਾਂ ਦੀ ਜਿਹੜੀ ਸੋਝੀ ਆ ਲਿਟਰੇਸੀ ਆ ਸਾਖਰਤਾ ਡੈਮੋਕ੍ਰੇਸੀ ਬਣੀ ਤੇ ਹਮਨ ਰਾਈਟਸ ਮੰਨ ਤੇ ਸਮਾਏ ਮਾਨ ਵੱਲ ਉਦੋਂ 'ਚ ਵੀ ਕਮੀਆਂ ਬੇहद ਤੇ ਹੁਕਮਰਾਨ ਦੀ ਤਾਂ ਹੀ ਚੱਲਦੀ ਆ ਜਿਵੇਂ ਕਹਿੰਦੇ ਨੇ ਨਾ ਰਾਜਾ ਜ Leader ਹੋਇਆ ਜਾਂ ਇਹ ਮੰਨਦਾ ਜਿਹੜਾ ਜ ਤੁਸੀਂ ਡਿਜ਼ਰਵ ਕਰਦੇ ਹੁੰਦੇ ਹੋ ਆਪਣੀਆਂ ਖਾਹਿਸਾ ਆਪਣਾ ਡਿਜ਼ਰਵ ਕਰਨ ਦਾ ਸਟੇਟਸ ਉੱਪਰ ਚੱਕੋ ਤਾਂ ਕਿ ਲੀਡਰ ਹੋਣ ਦੇ ਯੋਗਾ ਬਣ ਜੇ ਉਦੋਂ ਉੱਪਰ ਦੇ ਬਣਨ ਦਾ ਕੋਸ਼ਿਸ਼ ਕਰਨ ਕਿਸੇ ਨਾ ਕਿਸੇ ਰੂਪ ਚ ਸਦਾਚਿਤਾਰ ਸਿੰਘ ਜੀ ਮੈਂ ਹੁਣੇ ਹੀ ਦੇਖ ਰਿਹਾ ਸੀਗਾ ਸਰਚ ਕਰਕੇ ਸੁਖਪਾਲ ਸਿੰਘ ਖੇੜਾ ਬਾਹਰ ਆ ਚੁੱਕੇ ਨੇ ਜੇਲ੍ਹ ਦੇ ਵਿੱਚੋਂ ਤੇ ਆਉਂਦੇ ਹੀ ਉਹਨਾਂ ਨੇ ਇਹ ਕਿਹਾ ਕਿ ਮੇਰਾ ਮਨੋਬਲ ਏਡੀ ਛੇਤੀ ਤੜਕ ਨਹੀਂ ਸਕਦਾ ਮੇਰੇ ਨਾਲ ਤੱਕਾ ਹੋਇਆ ਮੈਂ ਵੇਖ ਰਹਾ ਸੀ ਮੈਨੂੰ ਬਿਨਾ ਮਤਲਬ ਕੈਦ ਭੁਗਤ ਨਹੀਂ ਪਈ ਕੋ ਮੇਰੇ ਲਈ ਵੱਡੀ ਸਜ਼ਾ ਨਹੀਂ ਮੇਰੇ ਫਾਦਰ ਸਾਹਿਬ ਦਾ ਵੀ ਅੰਜ ਹੁੰਦਾ ਆ ਉਹਨਾਂ ਨੇ ਕਿਹਾ ਮੇਰੀ ਬੈਰਕ ਦੇ ਅੰਦਰ ਵੀ ਕੈਮਰਾ ਸੀ ਤੇ ਬੈਰਕ ਦੇ ਬਾਹਰ ਵੀ ਕੈਮਰਾ ਸੀ ਮੈਨੂੰ ਕੁਛ ਨਾ ਮਿਲਣ ਦੀ ਸੀ ਦਿੱਤਾ ਜਾ ਰਿਹਾ ਉਹਨਾਂ ਦੀ ਆਪਣੇ ਤਰ੍ਹਾਂ ਦੀ ਇਹ ਸਟੇਟਮੈਂਟ ਹੈ ਔਰ ਅਗਲੇ ਦਿਨਾਂ ਦੇ ਵਿੱਚ ਇਹ ਹੋਰ ਚਰਚਾ ਦੇ ਵਿੱਚ ਰਹਿਣਗੇ ਮਾਮਲੇ ਪਰ ਮੈਂ ਤੁਹਾਡੀ ਇੱਕ ਓਵਰਆਲ ਟਿੱਪਣੀ ਚਾਹਾਂ ਤਕੋ ਸਾਡੇ ਜਿਹੜੇ ਡੈਮੋਕਰਸੀ ਹੈ ਨਾ ਇਹ ਕਲੋਨੀਅਲ ਡੈਮੋਕਰਸੀ ਹੈ ਮਚੁਰ ਡੈਮੋਕਰਸੀ ਨਹੀਂ ਹੈ ਇਹ ਮਚੁਰ ਡੈਮੋਕਰਸੀ ਚ ਇਹ ਇਸ਼ੂਸ ਨਹੀਂ ਆਉਂਦੇ ਪੰਜਾਬ ਤਾਂ ਆਪਾਂ ਦੇਖਦੇ ਆ ਕਿ ਮਸ਼ਹੂਰ ਹੈ ਬੰਦਰ ਫੜ ਕੇ ਅੰਦਰ ਕਰਨਾ ਤਾਂ ਛੱਡੋ ਤੇ ਫੇਕ ਅਨਕਾਉਂਟਰ ਵਾਸਤੇ ਮਸ਼ਹੂਰ ਹੈ 1970 ਤੋਂ ਲੈ ਕੇ 1995 ਤੱਕ ਕਿੰਨਿਆ ਫੇਕ ਅਨਕਾਉਂਟਰ ਪੰਜਾਬ ਦੇ ਵਿੱਚ ਹੋਣਿਆ ਕੋਈ ਗਿਣਤੇ ਹੀ ਨਹੀਂ ਹੈ ਸੋ ਇਹ ਸਟੇਟ ਦੀ ਲਾਲਨ ਲੈਸਨਸ ਪੰਜਾਬ ਦੇ ਵਿੱਚ ਐਕਸਟ੍ਰੀਮ ਤੇ ਰਹੀ ਹੈ ਤੇ ਹੁਣ ਵੀ ਉਹੀ ਟ੍ਰੈਂਡ ਚੱਲਦਾ ਆ ਰਿਹਾ ਹੈ ਡੈਮੋਕ੍ਰੇਸੀ ਦੀ ਜਿਹੜੀ ਵੈਲਿਊ ਸਿਸਟਮ ਹੈ ਉਹ ਪਰਫੈਕਟ ਨਾ ਹੋਣ ਕਰਕੇ ਇਹ 트ੈਂਡ ਲਗਾਤਾਰ ਕੰਟੀਨਿਊ ਕਰ ਰਿਹਾ ਜੀ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਕਿ ਅਸੀਂ ਹਮੇਸ਼ਾ ਇਸ ਤਰ੍ਹਾਂ ਦੇ ਵਰਤਾਰਿਆਂ ਦੇ ਖਿਲਾਫ ਮੂੰਹ ਬੰਦ ਕਰਕੇ ਜਾਂ ਸੀਮਤ ਵਿਰੋਧ ਕਰਕੇ ਸੀਮਤ ਹੋ ਜਾਂਦੇ ਆ ਤੇ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਰਹਿੰਦੇ ਆ regime ਕੋਈ ਵੀ ਹੋਵੇ power ਚ ਕੋਈ ਵੀ ਹੋਵੇ satta ਚ ਕੋਈ ਵੀ ਹੋਵੇ ਉਹ ਇੱਕ ਪੁਲਿਸ ਸਟੇਟ ਵਾਂਗ ਵਿਚ ਰਿਹਾ ਪਿਛਲੇ 30 40 50 ਸਾਲਾਂ ਤੋਂ ਇਹ ਵਰਤਾਰੇ ਅੱਗੇ ਨਾਲ ਵੱਡੇ ਹੁੰਦੇ ਜਾ ਰਹੇ ਆ ਇਨਾਂ ਨੂੰ ਥੱਲ ਪਾਉਣ ਲਈ ਲੋਕਾਂ ਦੀ ਜਾਗਰੂਕਤਾ ਬੜੀ ਜ਼ਰੂਰੀ ਹੈ ਪਰ ਕਿੱਥੋਂ ਆਊਗੀ ਮੈਨੂੰ ਤਾਂ ਇਹ ਸਮਝ ਨਹੀਂ ਆਉਂਦਾ ਸੋ ਮੈਨੂੰ ਲੱਗਦਾ ਕਿ ਸਾਨੂੰ ਬਰਾਮ ਦੇਣਾ ਚਾਹੀਦਾ ਬਹੁਤ ਮਿਹਰਬਾਨੀ ਬਹੁਤ ਧੰਨਵਾਦ ਥੈਂਕ ਯੂ ਸ਼ੁਕਰੀਆ ਜੀ